wear like dress code? ਪਾਵਰ ਬੈਂਕ ਮੇਰਾ ਇਹਨਾਂ ਨੇ ਰੱਖ ਲਿਆ ਵੀ ਤੇ ਇੱਧਰ ਇਹ ਰੱਸੀਆਂ ਜਿਹਾ ਡੇਗ ਰੱਖੀਆਂ ਨੇ ਵੀ ਤਾਂ ਜੋ ਕੋਈ ਇੱਧਰ ਨਾ ਜਾਵੇ। ਰੀਲਾਂ 'ਚ ਦੇਖੇ ਸੀ ਨਾ ਐਵੇਂ ਦੇ ਪੁਲ, ਉਹ ਅੱਜ ਅੱਖਾਂ ਨਾਲ ਦੇਖ ਰਹੇ ਹਾਂ ਲਾਈਵ। ਲੜਤੀ ਹੋਈ ਲੜਤੀ ਵੀ ਉਰੇ ਬਹਿ ਕੇ ਤੁਸੀਂ ਖਾ ਪੀ ਸਕਦੇ ਹੋ ਵੀ ਸਾਰਾ ਕੁਛ। ਇਹ ਰੇਲਵੇ ਟਰੈਕ ਕੋਈ 2-4 ਸਾਲ ਪਹਿਲਾਂ ਨਹੀਂ ਬਣਾਇਆ ਵੀ 1958 'ਚ ਬਣਾਇਆ ਸੀ ਇਹਨਾਂ ਨੇ। ਬੜੀ ਫੈਨ ਹੋ ਗਈ ਕਹਿੰਦੀ ਫੋਟੋ ਫੋਟੋ ਨੀ ਹਾਓ। ਐਨਰਜੀ ਡਰਿੰਕ ਉਰੇ ਪੀਣੀ ਹੈ ਚਾਈਨਾ 'ਚ ਆ ਕੇ, ਬਹੁਤ ਸਵਾਦ ਹੈ। ਫਾਈਨਲੀ ਬੋਰਡਿੰਗ ਪਾਸ ਮਿਲ ਗਈ, ਇਹਦੀ ਹਾਂਗਕਾਂਗ ਤੋਂ ਕਨੈਕਟਿੰਗ ਫਲਾਈਟ ਹੈ। ਕੁਲਵਿੰਦਰ ਨੂੰ ਕਰਤਾ ਆਪਾਂ ਨੇ ਅਲਵੇ ਦਾ, ਆਪਣੇ ਪਸੰਦ ਦੀਆਂ ਵੀ ਜੈਕਟਾਂ ਮਿਲ ਗਈਆਂ ਆਪਾਂ ਨੂੰ ਰੰਗ ਬਿਰੰਗੀਆਂ। ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਬਈ ਚਾਈਨਾ ਦੀ ਸਭ ਤੋਂ ਸਸਤੀ ਟ੍ਰੇਨ ਦਿਖਾਵਾਂਗੇ, ਉਹ 'ਚ ਜਰਨੀ ਕਰਾਂਗੇ ਅਤੇ ਜਾ ਰਹੇ ਹਾਂ ਆਪਾਂ ਚੁੰਗੜੂ ਅਤੇ ਕੱਲੂ ਕੁਲਵਿੰਦਰ ਦੀ ਫਲਾਈਟ ਹੈ ਅਤੇ 11:30 ਵਜੇ ਬ੍ਰੇਕਫਾਸਟ ਕਰ ਰਹੇ ਹਾਂ ਵੀ। ਇਹ ਸੂਪ ਹੈ, ਬਟਰ ਮੈਲਨ ਦਾ ਸੂਪ ਹੈ ਅਤੇ ਆਪਣਾ ਸੈਲਡ ਹੁੰਦਾ, ਅਚਾਰ ਪਾਇਆ ਹੁੰਦਾ ਬੇਸਿਕਲੀ ਇਹਨਾਂ ਨੇ ਗੰਢਿਆਂ ਦਾ, ਅਤੇ ਕਕੁੰਬਰ ਦਾ ਜਿਵੇਂ ਰਸ਼ਿਆ 'ਚ ਹੁੰਦਾ। ਇਹ ਮਸ਼ਰੂਮ ਫਰਾਈਡ ਰਾਈਸ ਨੇ, ਮਲੇਸ਼ੀਅਨ ਸਟਾਈਲ ਕਹਿੰਦੇ ਆ। ਆਹੀ ਆਪਸ਼ਨ ਹੈ, ਘੈਂਟ ਹੈ, ਪਰ ਇਹ 22 ਜਵਾਨ ਦਾ ਰਿਹਾ ਇੰਨਾ ਕੁ ਡੱਬਾ, ਮਤਲਬ 2 ਜਣਿਆਂ ਨੂੰ ਬਹੁਤ ਜ਼ਿਆਦਾ ਢਿੱਡ ਭਰ ਕੇ ਰੱਜ ਜਾਂਦਾ ਬੰਦਾ। ਇਹ ਖੀਰੇ ਦਾ ਟੇਸਟ ਬਹੁਤ ਘੈਂਟ ਹੁੰਦਾ ਵੀ। ਆਹ ਸੂਪ ਉੱਦਣ ਅਸੀਂ ਪੀਤਾ ਨਹੀਂ, ਅੱਜ ਟਰਾਈ ਕਰ ਰਹੇ ਹਾਂ, ਵਧੀਆ, ਨੋਟ ਬੈਡ। ਬ੍ਰੇਕਫਾਸਟ ਕਰ ਲਿਆ ਵੀ, ਬਹੁਤ ਸਵਾਦ ਸੀ। ਹੋਸਟਲ 'ਚ ਜ਼ਰੂਰ ਰੱਖੀਆਂ, ਸਿਰਫ ਇੱਕ ਦਿਨ ਦੀ ਸਟੇ 500 'ਚ ਮਿਲੂਗੀ। ਸਾਨੂੰ ਤਾਂ ਰੂਮ ਲੈਣਾ ਪੈ ਗਿਆ ਕਿਉਂਕਿ 2 ਜਣੇ ਸੀ, ਬਾਕੀ ਉਰੇ ਖੇਡਣ ਨੂੰ ਵੀ ਦੇਖੋ ਟਾਈਮ ਇਹ ਲੱਗਿਆ ਹੋਇਆ ਪੂਰਾ। ਬਹੁਤ ਜ਼ਿਆਦਾ ਸੋਹਣਾ ਹੋਸਟਲ ਹੈ ਵੀ, ਰੈਸਟੋਰੈਂਟ ਹੈ ਨਾ, ਹੋਸਟਲ ਦਾ ਵੀ ਰੈਸਟੋਰੈਂਟ ਬਹੁਤ ਹੀ ਜ਼ਿਆਦਾ ਘੈਂਟ ਲੱਗਿਆ ਉਰੇ। ਤੁਹਾਨੂੰ ਐਲਕੋਹਲ ਵੀ ਮਿਲ ਜੂਗਾ ਜਿਹੜਾ ਕੁਛ ਪੀਣਾ। ਹੇਠਾਂ ਉਤਰਦੇ ਹੋਣੇ ਦੇਖੋ ਵੀ ਕਿੰਨਾ ਵਧੀਆ ਲੱਗਦਾ ਪੂਰਾ। ਸ਼ਹਿਰ ਜਾ ਕੇ ਕਿਉਂਕਿ ਮੈਂ ਲੈਣੀਆਂ ਨੇ ਵੀ ਟੋਫੀਆਂ ਨੂਰ ਵਾਸਤੇ, ਦੇਖਦੇ ਹਾਂ ਉਰੇ ਮਿਲਣਗੀਆਂ ਸਟੋਰ ਜੇਕਰ ਟੋਫੀਆਂ। ਦੇਖੋ ਵੀ ਚਾਈਨਾ ਦੀਆਂ ਸਟ੍ਰੋਬੇਰੀ ਵਾਲੀਆਂ ਨੇ ਗਮੀ, ਇਹ ਤਾਂ ਐਵੇਂ ਦੀ ਆਉਣਗੀਆਂ। ਅੰਗੂਰਾਂ ਦੀ ਟੋਫੀਆਂ ਨੇ ਬਈ, ਇਹ ਐਪਲ ਦੀਆਂ ਸੇਬ ਦੀਆਂ ਨੇ ਟੋਫੀਆਂ, ਬੜੀਆਂ ਘੜਾਂ ਨੇ ਇੱਥੇ। ਨਿਹਾਓ ਇੰਡੀਆ ਜਾਣਗੀਆਂ ਇਹ, ਇੰਡੀਆ ਹਿੰਦੀ 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 ਛੋਟੀਆਂ ਛੋਟੇ ਬੱਚੇ। ਕੱਲ੍ਹ ਵੀ ਸ਼ੋਪਿੰਗ ਰਹਿ ਗਈ ਸੀ ਤਾਂ ਅੱਜ ਕਰ ਰਹੇ ਹਾਂ ਥੋੜ੍ਹਾ ਜਿਹਾ ਸਮਾਨ। ਦੇਖੋ ਕੱਪੜੇ ਕੱਪੜੇ ਜਵਾਕਾਂ ਦੇ ਬਹੁਤ ਸੋਹਣੇ ਕੱਪੜੇ ਆ ਉਰੇ, ਕਾਫੀ ਵਰਾਇਟੀ ਜਿਹਾ। ਇਹ 1200 ਰੁਪਈਏ ਦਾ ਇੱਕ ਅਪਰ ਜਿਹਾ ਜਾਂ ਜੈਕਟ ਲਾ ਲਓ, ਘੈਂਟ ਹੈ ਪਰ। ਇੱਕ ਅਸੀਂ 2 ਲੈ ਰਹੇ ਹਾਂ ਵੀ, ਇਹ ਬੜੀ ਘੈਂਟ, ਇਹਦੇ ਵਿੱਚ ਲਾਈਟ ਵੀ ਚੱਲਦੀ ਹੈ ਦੇਖੋ, ਇਹ ਪੂਰੀ ਫਰਦੀ ਹੈ ਐਨ। ਮੈਂ ਕਿਹਾ ਨੂਰ ਵਾਸਤੇ ਵੱਡਾ ਜਿਹਾ ਕੱਢ ਦੇ ਸਾਈਜ਼, 7 ਸਾਲ ਦੀ ਹੈ, ਚੀਜ਼ ਬੜੀ ਘੈਂਟ। ਇਹਦੇ ਨਾਲ ਇੱਕ ਪਰਸ ਜਿਹਾ ਬਸ, ਮੈਨੂੰ ਤਾਂ ਵਾਲਾ ਘੈਂਟ ਲੱਗਿਆ ਇਹ। ਹਾਂ ਆਹ ਦੇਖੋ ਲਾਈਟ ਜੀ ਲੱਗਦੀ ਹੈ, ਨਾਲ ਪਰਸ ਵੀ ਹੈ ਦੇਖੋ, ਆਹ ਦੇਖੋ ਘੈਂਟ ਹੈ, ਆਹ ਵੀ ਨਾਲ ਹੈ, ਹੈ ਅੰਦਰੋਂ ਵੀ ਇਹਦੇ ਲੱਗੀ ਹੋਈ ਹੈ ਫਰਜੀ ਚਿੱਟੀ ਚਿੱਟੀ, ਘੈਂਟ ਹੈ ਯਾਰ। ਸਾਈਜ਼ 1 ਦਿਸ ਜੈਕਟ ਆ, ਬਹੁਤ ਸ਼ੋਪਿੰਗ ਕਰੇ ਵੀ ਦੇਖੋ, ਲਗਭਗ 12-13 ਹਜ਼ਾਰ ਦੀ ਸ਼ੋਪਿੰਗ ਕਰੇ। ਇੱਕ ਜੈਕਟ ਹੈਗੀ ਹੈ 2-2 ਹਜ਼ਾਰ ਦੀ ਬੱਚਿਆਂ ਵਾਲੀ। ਕੱਪੜੇ ਬਹੁਤ ਘੈਂਟ ਮਿਲਦੇ ਵੀ, ਚਾਈਨਾ 'ਚ ਸਾਰਾ ਕੁਛ ਹੀ ਹੈ, ਪਰ ਉਰੇ ਦੇ ਹਿਸਾਬ ਨਾਲ ਤਾਂ ਮਹਿੰਗਾ, ਲੋਕ ਕਹਿੰਦੇ ਸਸਤਾ ਹੈ, ਪਰ ਐਵੇਂ ਦਾ ਸਟੱਫ ਨਹੀਂ ਮਿਲਦਾ ਇੰਡੀਆ 'ਚ ਜਿਹੜਾ ਇਹ ਅਸੀਂ ਲਿਆ। ਮਤਲਬ ਬੜੇ ਘੈਂਟ ਨੇ ਜਵਾਕਾਂ ਨੇ, ਲਾਟੂ ਲੁੱਟੂ ਜੇ ਲੱਗਦੇ ਆ। ਠੰਡ ਦੇ ਭਾਰ ਬਹੁਤ ਜ਼ਿਆਦਾ ਹੈ ਵੀ, ਅੱਜ ਮੀਂਹ ਪੈ ਕੇ ਹਟੇ ਅਤੇ ਮੈਟਰੋ ਸਟੇਸ਼ਨ ਵਾਲੇ ਅੱਜ ਬਈ ਬਸ ਜਾਣ ਦੇਣਗੇ ਵੀ ਟ੍ਰੇਨ 'ਚ ਘੰਟਾ ਹੀ ਰਹਿ ਗਿਆ। ਹੁਣ ਧੁੱਪ ਨਿਕਲ ਗਈ, ਦੇਖੋ ਧੁੱਪ 'ਚ ਵੀ ਮੀਂਹ ਮੀਂਹ ਪੈ ਰਿਹਾ ਥੋੜ੍ਹਾ ਥੋੜ੍ਹਾ। ਆ ਬਈ ਸਾਰੀ ਸ਼ੋਪਿੰਗ ਕੀਤੀ ਸੀ ਜਿਹੜੀ ਅਸੀਂ, ਅਤੇ ਆਪਾਂ ਜਾਣਾ ਕੋਮਿੰਗ ਰੇਲਵੇ ਸਟੇਸ਼ਨ। ਵੀਚੈਟ ਦਾ ਵੀ ਖੜ ਗਿਆ ਹੁਣ ਅਸੀਂ ਨੇ, ਦੂਜੀ ਚਲਾਈ ਹੈ ਹੋਰ ਐਪ। ਟਿਕਟ ਬੜੀ ਘੈਂਟ ਹੈ ਬਈ, ਦਿਲ ਕਰਦਾ ਰੱਖ ਕੇ ਲਵਾਂ। ਮੈਟਰੋ ਸਟੇਸ਼ਨ ਆ ਗਏ ਅਤੇ 2 ਸਟੋਪਾਂ ਬਾਅਦ ਟਰਮੀਨਲ ਚੇਂਜ ਕਰਨਾ, ਦੂਜੀ ਲੈਣ ਫੜਨੀ। ਵਾਇਰਲੈਸਾਂ ਲੈ ਕੇ ਖੜੇ ਹੁੰਦੇ ਆ ਵੀ, ਔਰ ਇਹ ਵੀ ਕੰਮ ਕਰਦੇ ਆ ਦੇਖੋ ਵੀ, ਅੱਗੇ ਨਾ ਜਾਣ ਸਾਰਾ ਕੁਛ। ਆ ਲਿਫਾਫੇ ਦੇ ਵੀ ਜਵਾਕਾਂ ਦੀਆਂ ਫੋਟੋਆਂ ਛਾਪੀਆਂ ਹੋਈਆਂ ਨੇ ਵੀ, ਸਕੂਲ ਸਕਾਲ ਦੇਖੋ ਕਿੰਨਾ ਵਧੀਆ ਲਿਖਿਆ। ਆ ਗਈ ਮੈਟਰੋ ਅਤੇ ਭਰੀ ਹੋਈ ਯਾਰ, ਖੜਕੀ ਜਾਣਾ ਪਊਗਾ, ਬਹੁਤ ਜ਼ਿਆਦਾ ਭੀੜ ਰਹਿੰਦੀ ਔਰੇ। ਮਾਸਕ ਉਰੇ ਸਾਰੀ ਲਾ ਕੇ ਰੱਖਦੇ ਆ, ਊਂ ਨਾ ਕੋਈ ਵਾਇਰਸ ਵੂਰਸ ਦੇ ਦੇਣੇ ਹੁਣ ਵੀ।
ਆ ਦੇਖੋ ਵੀ ਕਿੰਨਾ ਹਾਰ ਸ਼ਿੰਗਾਰ ਕਰਕੇ ਜਾ ਰਹੀ ਹੈ ਫੁੱਲ ਹੱਥ 'ਚ, ਅੱਜ ਨਿਕਲੀ ਸਰੋਂਦਾ ਫੁੱਲ ਬਣ ਕੇ, ਉਹ ਗੱਲ ਹੋਈ ਪਈ। ਦੇਖੋ ਵੀ ਬੀਬੀ ਕੀ ਬਣੀ ਫਿਰਦੀ ਹੈ। ਮੈਟਰੋ ਸਟੇਸ਼ਨ ਦੇ ਵੀ ਤੁਸੀਂ ਫੁੱਲ ਫਲ ਵੀ ਖਰੀਦ ਸਕਦੇ ਹੋ, ਦੇਖੋ ਪੂਰੇ ਇਹ ਹੈ 10 ਜਵਾਨ ਦਾ ਬਈ। ਆਹ ਦੇਖੋ ਆਹ ਚੱਕ ਲਿਆ ਮੋਤਰਮਾ ਨੇ। ਤੋ ਬਈ ਇਹ ਕੁੜੀ ਫੈਸਟੀਵਲ ਅਟੈਂਡ ਕਰ ਰਹੀ ਹੈ ਤਾਂ ਕਰਕੇ ਇਹਨੇ ਪੂਰੀ, ਇਟਸ ਯੂਅਰ ਲਾਈਕ ਡਰੈਸ ਕੋਡ। ਡਾਂਸ ਡਾਂਸ ਗੱਲਾਂ ਤਾਂ ਬਹੁਤ ਕਰਨੀਆਂ ਸੀ ਗੁੱਡੀ ਨਾਲ, ਪਰ ਸਾਡੀ ਟ੍ਰੇਨ ਲੰਘ ਜੂਗੀ। ਆਹ ਦੇਖੋ ਵੀ ਪਿੱਛੇ ਜਵਾਕਾਂ ਨੂੰ ਟੰਗ ਕੇ ਰੱਖਦੇ, ਇਹਨਾਂ ਦੇ ਝੋਲੇ ਜੇ ਬਣਾਏ ਹੋਏ, ਕਿੰਨੇ ਸੋਹਣੇ ਝੋਲੇ, ਕਢਾਈ ਦੇਖੋ ਬਈ। ਇਹ ਜਿਹੜਾ ਮੇਰੇ ਮੋਢੇ 'ਤੇ ਪੈ ਗਿਆ ਵੀ ਮੈਂ ਕੁਲਵਿੰਦਰ ਨੂੰ ਦੇ ਦੇਣਾ ਵੀ ਇਹ ਜੈਕਟ ਵੀ, ਕਿਉਂਕਿ ਜ਼ਿਆਦਾ ਵਜ਼ਨ ਲੈ ਕੇ ਯਾਰ ਘੁੰਮਿਆ ਨਹੀਂ ਜਾਂਦਾ, ਬਹੁਤ ਟੱਪ ਹੈ, ਵਜ਼ਨ ਘੱਟ ਹੀ ਵਧੀਆ ਰਹਿੰਦਾ। ਹੁਣ ਪਤਾ ਨਹੀਂ ਇਹ ਟ੍ਰੇਨ ਜਾਊਗੀ, ਪਤਾ ਨਹੀਂ ਉਹ ਵਿੱਚ ਟ੍ਰੇਨ ਵਿਲ ਗੋ ਟੂ ਕੁਮਿੰਗ ਰੇਲਵੇ ਸਟੇਸ਼ਨ, ਕੁਮਿੰਗ ਟ੍ਰੇਨ ਸਟੇਸ਼ਨ ਸੈਂਟਰਲ ਸੈਂਟਰਲ ਕਨਫਿਊਜ਼ ਹੋ ਗਿਆ ਯਾਰ, ਅਸੀਂ ਕਿਹੜੀ ਜਾਊਗੀ ਟ੍ਰੇਨ ਦਿਸ, ਹਾਂ ਆਈ ਜਾਊਗੀ ਹੈ ਨਾ, ਕਨਫਿਊਜ਼ ਹੋ ਗਈ ਬੀਬੀ। ਅੱਛਾ 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 ਪਹੁੰਚ ਗਏ ਵੀ ਰੇਲਵੇ ਸਟੇਸ਼ਨ। ਆਪਾਂ ਨੇ ਯਾਦਗਾਰੀ ਦੇ ਤੌਰ ਤੇ ਟਿਕਟ ਰੱਖ ਲਈ, ਮੈਂ ਕਹਿੰਦਾ ਇਹਦੀ ਖੋਈ ਗਈ, ਕਿਉਂਕਿ ਕੱਲ੍ਹ ਮੇਰੀ ਸੱਚੀ ਖੋਈ ਗਈ ਸੀ, ਤਾਂ ਇਹ ਕਹੂਗੀ ਵੀ ਰੋਜ਼ ਹੀ ਤੁਹਾਡੀ ਟਿਕਟ ਖੋਈ ਜਾਂਦੀ ਹੈ, ਅੱਜ ਮੈਂ ਇਹਦੀ ਕਹਿਦਾ ਵੀ ਇਹਦੀ ਖੋਈ ਗਈ, ਕਿਉਂਕਿ ਯਾਰ ਮੈਮਰੀਜ਼ ਜ਼ਰੂਰੀ ਨੇ, ਪਤਾ ਵੀ ਲੱਗੇ ਨਾ ਵੀ ਚਾਈਨਾ ਘੁੰਮ ਕੇ ਆਏ ਸੀ ਅਸੀਂ। ਰਾਹ ਬੜਾ ਸੋਹਣਾ ਬਣਾਇਆ ਵੀ ਰੇਲਵੇ ਸਟੇਸ਼ਨ ਨੂੰ ਕਨੈਕਟ ਕਰਦਾ, ਇੱਦਾਂ ਮੈਟਰੋ ਸਟੇਸ਼ਨ ਵਾਲੇ ਫੁੱਲ ਫੁੱਲ ਲਾਏ ਪਏ ਆ, ਇਹਨਾਂ 'ਚ ਉਹਦੇ ਆਪਣੇ ਨਾਲ ਹੀ ਸਫ਼ਰ ਕਰਨੇ। ਕੈਮਰੇ ਬਈ ਉਰੇ ਤੁਹਾਨੂੰ 10-10 ਮੀਟਰ ਦੇ ਲੱਗੇ, ਦੇਖੋ 10 ਮੀਟਰ 'ਚ 5 ਕੈਮਰੇ ਲੱਗੇ ਹੋਏ, ਵੱਡੇ ਵੱਡੇ ਸਾਹਮਣੇ ਲੱਗੇ ਹੋਏ ਆ, ਇੰਨੇ ਕੈਮਰੇ ਪੂਰੇ ਆਪਣੇ ਪੰਜਾਬ 'ਚ ਹੋਣੇ ਜਿੰਨੇ ਉਰੇ ਇੱਕ ਸ਼ਹਿਰ 'ਚ ਲੱਗੇ ਹੁੰਦੇ ਆ, ਮਤਲਬ ਇੰਚ ਇੰਚ ਦੇ ਕੈਮਰਾ ਹੈ, ਸਾਰਾ ਔਨਲਾਈਨ ਸਰਵੇਲੈਂਸ ਚੱਲ ਰਿਹਾ ਹੈ, ਅਤੇ ਨਾਈਟ ਵਿਜ਼ਨ ਕੈਮਰੇ ਆ ਛੋਟਾ ਜਿਹਾ ਬੱਚਾ ਹੈਲੋ ਹਿੰਦੀ ਹਿੰਦੀ ਸਮਝਦਾ ਹੀ ਨਹੀਂ, ਆਈ ਕਹਦੇ ਅਸੀਂ ਇੰਡੀਆ ਨੂੰ। ਇਹ ਕੁਨਮਿੰਗ ਦਾ ਵੀ ਸੈਂਟਰਲ ਰੇਲਵੇ ਸਟੇਸ਼ਨ ਹੈ, ਉਰੇ 2 ਨੇ, ਇੱਕ ਸਾਊਥ ਹੈ ਜਿੱਥੋਂ ਆਪਾਂ ਉਸ ਦਿਨ ਆਏ ਸੀ, ਉਹ ਬਾਹਰ ਹੈ 33 ਕਿਲੋਮੀਟਰ, ਇਹਦਾ ਮੇਨ ਸਿਟੀ ਦੇ ਵਿੱਚ ਹੀ ਹੈ, ਅਤੇ 800 ਕਿਲੋਮੀਟਰ ਵੀ ਮਿੰਟ 'ਚ ਕਰ ਦਿੰਦੇ ਆ ਵੀ ਇਹ। ਇੱਥੇ ਪਾਸਪੋਰਟ ਇਹਨਾਂ ਨੇ ਅਪਡੇਟ ਕਰਤਾ ਹੈ ਸਾਰੇ ਚਾਈਨਾ 'ਚ, ਇਨਫੋਰਮੇਸ਼ਨ ਇਹਨਾਂ ਕੋਲ ਬਾਕੀ ਸਾਰੇ ਸਟੇਸ਼ਨਾਂ 'ਚ। ਵੀ ਜੈਟ ਨਾਲ ਬਈ ਕਿਧਰੇ ਮਰਜ਼ੀ ਤੁਸੀਂ ਪੈਸੇ ਪੇ ਕਰ ਦੋ, ਰੇ ਕਰੂੰਗਾ ਦੇਖਿਓ। 245 ਜਵਾਨ ਦੀਆਂ ਟਿਕਟ ਆਈਆਂ ਨੇ 2। ਆਹ ਐਂਟਰੈਂਸ ਆ ਗਈ ਬਈ, ਅਤੇ ਇੱਥੇ ID ਵੈਰੀਫਿਕੇਸ਼ਨ ਹੁੰਦੀ ਹੈ ਪਾਸਪੋਰਟ ਨਾਲ, ਇੱਥੇ ਵੀ ਪਾਸਪੋਰਟ ਸਕੈਨਰ ਲੱਗਿਆ ਨਹੀਂ ਹੋਇਆ ਤਾਂ ਉਰੇ ਮੈਨੂਅਲ ਹੁੰਦੀਆਂ ਨੇ, ਫੋਟੋ ਖਿੱਚ ਕੇ ਹੀ ਵੜਦੇ ਆ ਰੇਲਵੇ ਸਟੇਸ਼ਨ 'ਚ। ਪਾਵਰ ਬੈਂਕ ਮੇਰਾ ਇਹਨਾਂ ਨੇ ਰੱਖ ਲਿਆ ਬਈ, ਅਤੇ ਕਾਫੀ ਵੱਡਾ ਸਟੇਸ਼ਨ ਹੈ, ਇਹਦੇ ਬੋਰਡਿੰਗ ਗੇਟ ਬਹੁਤ ਜ਼ਿਆਦਾ ਨੇ, ਸਾਡੀ ਟ੍ਰੇਨ 5:20 ਤੋਂ ਹੈ। ਇਹ ਬਹੁਤ ਵੱਡਾ ਸਟੇਸ਼ਨ ਹੈ ਬਈ, ਇੱਧਰ ਬੋਰਡਿੰਗ ਸਟਾਰਟ ਹੋ ਰਹੀ ਹੈ, ਦੇਖੋ ਕਿੰਨੀ ਵੱਡੀ ਲਾਈਨ ਲੱਗੀ ਹੋਈ ਹੈ। ਇਹ ਸਾਰੀ ਭੀੜ ਵੀ ਨਵੇਂ ਸਾਲ ਕਰਕੇ ਹੈ, ਸਭ ਤੋਂ ਜ਼ਿਆਦਾ ਭੀੜ ਹੈ ਬਈ, ਹਜੇ ਤੱਕ ਬੋਰਡਿੰਗ ਸਟਾਰਟ ਨਹੀਂ ਹੋਈ, 10-20 ਮਿੰਟਾਂ ਬਾਅਦ ਟ੍ਰੇਨ ਹੈ ਸਾਡੀ, ਅਤੇ 2:50 ਹੋ ਗਏ, 3:20 ਦੇ ਟ੍ਰੇਨ ਹੈ। ਇੱਕ ਆਪਸ਼ਨ ਸੀ, ਜਾਂ ਤਾਂ ਟ੍ਰੇਨ ਮਿਸ ਕਰ ਦਿੰਦਾ ਜਾਂ ਫਿਰ ਪਾਵਰ ਬੈਂਕ, ਉਬਰ ਨੁਕਸਾਨ ਬਰਾਬਰ ਹੀ ਸੀ, ਤਾਂ ਟ੍ਰੇਨ ਮਿਸ ਕਰਨ ਦਾ ਆਪਣੇ ਕੋਲ ਆਪਸ਼ਨ ਨਹੀਂ ਸੀ, ਪਾਵਰ ਬੈਂਕ ਨੂੰ ਛੋਟਾ ਲਵਾਂਗੇ, ਚਲੋ ਲਾਇਸੈਂਸ ਮਿਲਿਆ, ਅਤੇ ਵੀ ਜੇ ਇੰਨਾ ਵੱਡਾ ਪਾਵਰ ਬੈਂਕ ਅਲਾਊਡ ਹੀ ਨਹੀਂ, ਕਿਤੇ ਬਣਾਉਂਦੀ ਕਿਉਂ ਹੈ ਕੰਪਨੀ, ਪਤਾ ਨਹੀਂ, ਸਮਝ ਨਹੀਂ ਆਈ, ਸਮਝੋ ਬਾਹਰ ਹੈ ਗੱਲ ਵੀ, ਜੇ ਕਿਸੇ ਨੇ ਪੁੱਠਾ ਸਿੱਧਾ ਕੰਮ ਕਰਨਾ ਹੋਵੇ 2 ਪਾਵਰ ਬੈਂਕ ਲੈ ਜੂਗਾ, 20,000 mAh ਦੇਣ। ਬੁੱਢੀ ਜੀ ਨੇ ਇੰਨੇ ਪਾਵਰ ਬੈਂਕ ਇਕੱਠੇ ਕਰਕੇ ਸੀ ਵੀ 5-6 ਕਰਕੇ ਸੀ ਨਾ, ਬਾਕੀ ਤਾਂ ਦੇਸੀ ਜੀ ਸੀ, ਆਪਣੇ ਨਾਲ ਥੋੜ੍ਹਾ ਪ੍ਰੀਮੀਅਮ ਸੀ। ਇੱਧਰ ਵੀ ਸਾਰੇ ਸਟੋਰ ਨੇ, ਪਾਣੀ ਪੂੜੀ ਲੈ ਉਹ ਜਵਾਕਾਂ ਨੂੰ ਨਾ, ਇਹ ਬੈਗਾਂ ਦੇ ਉੱਪਰ ਚੜ੍ਹ ਕੇ ਰੱਖਦੇ, ਦੇਖੋ ਰੋਡ ਨਾਲੇ ਟਹੀਆਂ ਵਾਲੇ।
ਬਾਈ ਗੁੱਸਾ ਬਹੁਤ ਜ਼ਿਆਦਾ ਆ ਰਿਹਾ ਮੈਨੂੰ, ਹੋਰ ਤਾਂ ਜਿਹਨੇ ਪਾਵਰ ਬੈਂਕ ਰੱਖ ਲਿਆ, ਕਿਉਂਕਿ 10 ਘੰਟਿਆਂ ਦਾ ਸਫ਼ਰ ਹੈ, ਮੈਂ ਕਿਵੇਂ ਫੋਨ ਚਾਰਜ ਕਰੂੰਗਾ ਅੱਗੇ ਆਪਦੇ। ਰੇਲਵੇ ਸਟੇਸ਼ਨ 'ਤੇ ਰੌਣਕ ਬਹੁਤ ਹੈ ਬਾਈ, ਬਹੁਤ ਲੋਕ ਨੇ। 3 ਵਾਰੀ ਸਿਕਿਉਰਿਟੀ ਚੈੱਕ ਹੋਇਆ ਸਾਡਾ, ਬਹੁਤ ਜ਼ਿਆਦਾ ਟਾਈਟ ਹੈ ਕੰਮ, ਮਤਲਬ ਐਂ ਤੌਰੇ ਵੀ ਐਂਟਰ ਕਰੀ ਨਹੀਂ, ਮਤਲਬ ਜਿਵੇਂ ਕਹਿੰਦੇ ਹੁੰਦੇ ਆ ਨਾ, ਇੰਨੀ ਕੁ ਜ਼ਿਆਦਾ ਉਰੇ ਸੁਰੱਖਿਆ ਹੈ, ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਬਸ ਉਹੀ ਗੱਲਬਾਤ ਹੈ। ਲਓ ਬਈ ਹੁਣ ਫਿਰ ਟਿਕਟ ਚੈਕਿੰਗ, ਉੱਧਰ ਅਜੇ ਵੀ ਰੇਲ ਗੱਡੀਆਂ ਆਈਆਂ ਨਹੀਂ ਤਾਂ ਉਹ ਸਾਰੇ ਖਾਲੀ ਨੇ। ਸਾਡਾ ਡੱਬਾ ਵੀ 17 ਨੰਬਰ ਹੈ ਅਤੇ ਅਸੀਂ ਅੱਗੇ ਤੋਂ ਐਂਟਰ ਹੋਏ ਸੀ, ਪਿੱਛੇ ਤੱਕ ਜਾਣਾ ਬਈ, ਟ੍ਰੇਨ ਬਾਹਲੀ ਲੰਬੀ ਆ, ਬਹੁਤ ਜ਼ਿਆਦਾ ਲੰਬੀ ਟ੍ਰੇਨ ਹੈ। ਇੱਧਰ ਕੋਈ ਟ੍ਰੇਨ ਨਹੀਂ ਤਾਂ ਇੱਧਰ ਇਹ ਰੱਸੀਆਂ ਜਿਹੀਆਂ ਡੇਗ ਰੱਖੀਆਂ ਨੇ ਵੀ ਤਾਂ ਜੋ ਕੋਈ ਇੱਧਰ ਨਾ ਜਾਵੇ ਪਲੇਟਫਾਰਮ ਤੋਂ। ਸਿਕਿਉਰਿਟੀ ਅਤੇ ਲੋਕਾਂ ਦਾ ਖਿਆਲ ਬਹੁਤ ਰੱਖਿਆ ਇਹਨਾਂ ਨੇ। ਪਿਛਲੇ ਸਾਰੇ ਕੋਚ ਵੀ ਸਲੀਪਰ ਸੀ, ਆਪਣਾ ਸਿਟਿੰਗ ਵਾਲਾ ਕੋਚ ਹੈ, ਬੈਠ ਕੇ ਜਾਵਾਂਗੇ, ਕਿਉਂਕਿ ਸਾਨੂੰ ਸਲੀਪਰ ਮਿਲੀ ਨਹੀਂ। ਪੂਰੇ ਡਿਸੀਪਲੇਨ 'ਚ ਲੋਕ ਟ੍ਰੇਨ ਬੋਰਡ ਕਰਦੇ ਆ, ਲਾਈਨ ਬਣਾ ਕੇ, ਐਂ ਨਹੀਂ ਵੀ ਜਿਵੇਂ ਆਪਣੇ ਦਾ ਦੇਖੋ ਹਨਾ ਟ੍ਰੇਨ ਆ ਜਾਂਦੀ ਹੈ, ਖੜ੍ਹੇ ਹੁੰਦੇ ਆ ਵੀ ਵੀ ਬਸ ਅਸੀਂ ਰਹਿ ਨਾ ਜਾਈਏ, ਕਿਉਂਕਿ ਅੱਧੇ ਬਿਨਾਂ ਟਿਕਟ ਵਾਲੇ ਹੁੰਦੇ ਆ। ਲਓ ਬਈ ਟ੍ਰੇਨ ਬੋਰਡ ਕਰ ਲਈ, ਇਹ ਸਫ਼ਰ ਦੇ ਆਪਣੇ ਪਾਰਟਨਰ ਨੇ, ਇਹਨਾਂ ਦੀਆਂ ਬੋਤਲਾਂ ਪਈਆਂ ਨੇ। ਕੁਲਵਿੰਦਰ ਉੱਧਰ ਹੈ, ਹਰ ਵਾਰੀ ਅਸੀਂ ਟਿਕਟ ਇਕੱਠੇ ਬੁੱਕ ਕਰਾਉਂਦੇ ਹਾਂ, ਸੀਟਾਂ ਸਾਨੂੰ ਅਲੱਗ ਦੇ ਜਾਂਦੇ ਆ, ਪਤਾ ਨਹੀਂ ਕੀ ਚੱਕਰ ਹੈ। ਔਰ ਦੂਜੀ ਟ੍ਰੇਨ 'ਚ ਜਾ ਰਿਹਾ ਵੀ, ਲੋਕ ਇੱਧਰ ਦੇਖੋ ਤਾਰਾਂ ਦੀਆਂ ਲਾ ਰੱਖੀਆਂ ਨੇ ਪੂਰੀਆਂ, ਆਹ ਦੇਖੋ ਬਈ ਇਹ 'ਚ ਵੀ LCD 'ਤੇ ਚੱਲ ਰਿਹਾ ਕੁਛ ਚੀਨੀ ਭਾਸ਼ਾ 'ਚ, ਮੈਨੂੰ ਤਾਂ ਬਸ ਉਹ 17 ਹੀ ਸਮਝ ਆ ਰਿਹਾ ਵੀ 17 ਨੰਬਰ ਡੱਬਾ ਹੈ ਆਪਣਾ। ਸਭ ਤੋਂ ਪਹਿਲਾਂ ਤਾਂ ਵੀ ਮੈਂ ਕੱਲ੍ਹ ਨੂੰ ਜਾ ਕੇ ਇੱਕ ਪਾਵਰ ਬੈਂਕ ਲੈਣਾ, ਇੱਕ ਨਹੀਂ 2 ਲਊਂਗਾ, ਕਿਉਂਕਿ ਪਾਵਰ ਬਿਨਾਂ ਤਾਂ ਸਰਦਾ ਹੀ ਨਹੀਂ, ਫੋਨ ਚਾਰਜ ਕਰਨੇ ਪੈਂਦੇ ਆ। ਅਤੇ ਹੁਣ ਮੈਂ ਇਹ ਟ੍ਰੇਨ 'ਚ ਉਹ ਵੀ ਨਹੀਂ ਹੈਗਾ, ਚਾਰਜ ਵਾਲਾ ਪੁਆਇੰਟ ਵੀ ਨਹੀਂ ਹੈਗਾ ਯਾਰ। ਕੁਲਵਿੰਦਰ ਦੇ ਨਾਲ ਵਾਲੀ ਬੀਬੀ ਨੇ ਦੇਖੋ ਕਿੰਨੇ ਭੜਕੀਲੇ ਜਿਹੇ ਕੋਟ ਪਾਏ ਹੈ ਨਾ, ਕੱਪੜੇ ਬਜ਼ਾਰਾ ਦਾ ਖੁੰਜੇ ਜਿਹੇ 'ਚ ਬਹਿ ਗਿਆ। ਟਾਈਮ ਦੇ ਬਹੁਤ ਪੰਕਚੁਅਲ ਨੇ, 3:21 ਹੋਏ ਆ ਅਤੇ 20 'ਤੇ ਚੱਲ ਗਈ ਸੀ ਟ੍ਰੇਨ, ਸਲੋ ਸਲੋ। ਆਹ ਹੋਰ ਟ੍ਰੇਨ ਆਈ ਹੈ ਬਈ, ਦੇਖੋ ਇਹਦਾ ਲੋਕੋਮੋਟਿਵ ਕਿੰਨਾ ਘੈਂਟ ਹੈ, ਰੰਗ ਲਾਲ ਜਿਹਾ, ਲਾਲ ਜਿਹੜਾ ਰੰਗ ਹੈ ਵੀ ਉਹ ਕ੍ਰਾਂਤੀ ਦਾ ਪ੍ਰਤੀਕ ਹੈ ਅਤੇ ਹਰਾ ਹਰਿਆਲੀ ਦਾ। ਸ਼ਹਿਰ ਤੋਂ ਬਾਹਰ ਆ ਗਏ ਵੀ, ਬਿਲਡਿੰਗਾਂ ਦੇਖੋ ਵੱਡੀਆਂ ਵੱਡੀਆਂ, ਖਤਮ ਹੀ ਨਹੀਂ ਹੋ ਰਹੀਆਂ। ਮੈਨੂੰ ਐਵੇਂ ਸੀ ਸਸਤੀ ਜਿਹੀ ਟ੍ਰੇਨ ਉਈ ਹੋਊਗੀ, ਪਰ ਇਹ ਵੀ ਬਹੁਤ ਜ਼ਿਆਦਾ ਵੀ ਵਰਲਡ ਕਲਾਸ ਹੈ, ਚੱਲ ਰਹੀ ਹੈ ਪਤਾ ਵੀ ਨਹੀਂ ਲੱਗ ਰਿਹਾ, ਬਿਲਕੁਲ ਸਾਈਲੈਂਸ ਹੈ। ਆਹ ਪਹਾੜ ਪੂੜ ਜੇ ਥੋੜ੍ਹੇ ਥੋੜ੍ਹੇ ਸ਼ੁਰੂ ਹੋਣੇ ਸਟਾਰਟ ਹੋ ਗਏ ਬਈ, ਬਾਹਰ ਨਿਕਲ ਰਹੇ ਹਾਂ। ਆਹ ਥਾਲੀਆਂ ਜਿਹੀਆਂ ਦੇ ਦਿੱਤੀਆਂ ਵੀ ਡਸਟਬਿਨ ਵਾਂਗੂ ਵੀ, ਇੰਨੇ ਨੱਕ ਪੂੰਝ ਕੇ ਦੇਖਦੇ ਵਿੱਚ ਰੱਖਦਾ। ਭਾਈ ਸਾਹਿਬ ਦੀ ਵੀ ਵਿੰਡੋ ਸੀਟ ਸੀ ਉੱਧਰ, ਉਹ ਚੀਨੀ ਨੇ ਬਦਲ ਲਈ ਹਨਾ, ਕੰਡਕਟਰ ਨੇ ਆ ਕੇ ਉਹ ਵਿੰਡੋ ਸੀਟ ਉਹਨੂੰ ਚੀਨੀ ਨੂੰ ਦੇ ਦਿੱਤੀ। ਮੈਂ ਅੜ ਗਿਆ ਸੀਗਾ, ਮੈਂ ਅੜ ਗਿਆ ਸੀ, ਮੰਮੀ ਸੀਟ ਦੇ, ਉਹ ਕਹਿੰਦਾ ਚੱਲ ਦੋ ਇਕੱਠੇ ਹੋ ਗਏ ਨਾ, ਇਕੱਠੇ ਬਹਿ ਜਾਓਗੇ ਨਾ। ਸਹੀ ਹੈ, ਆ ਪਹਾੜ ਨੇ ਵੀ ਸਾਰੇ, ਉਹ ਰੋਡ ਜਾ ਰਿਹਾ ਸਾਡੇ ਨਾਲ ਨਾਲ ਪੈਰਲਰ ਹੀ, ਰੋਡ ਵੀ ਕਿੰਨਾ ਜ਼ਿਆਦਾ ਵੱਡਾ ਹੈ। ਵਾਓ, ਰੀਲਾਂ 'ਚ ਦੇਖੇ ਸੀ ਨਾ ਐਵੇਂ ਦੇ ਪੁਲ, ਉਹ ਅੱਜ ਅੱਖਾਂ ਨਾਲ ਦੇਖ ਰਹੇ ਲਾਈਵ, ਸਾਰਾ ਜੁਨਾਨ ਪ੍ਰੋਵਿੰਸ ਐਵੇਂ ਹੀ ਹੈ ਬਈ, ਬਹੁਤ ਜ਼ਿਆਦਾ ਸੋਹਣਾ। ਆ ਛੋਟੀ ਜਿਹੀ ਰਿਵਰ ਜਾ ਰਹੀ ਹੈ, 20 ਮਿੰਟ ਹੋਇਆ ਟ੍ਰੇਨ ਚੱਲੀ ਨੂੰ, ਘੱਟੋ ਘੱਟ 10 ਟਨਲਾਂ ਵਿੱਚ ਦੇ ਸੀ ਲੰਘੇ, ਫਿਰ ਆ ਗਈ ਟਨਲ, ਜੇ ਅੱਖਾਂ ਵੀ ਚਲਾਇਆ ਵੀ ਨੀਂਦ ਆਉਣ ਲੱਗ ਜਾਂਦੀ ਹੈ। ਬਹੁ ਵੀ ਪਿੱਛੇ ਕੋਈ ਥਰਮਲ ਪਲਾਂਟ ਫੈਕਟਰੀ ਹੈ, ਖੇਤ ਜਿਹਾ, ਰੰਗ ਬਿਰੰਗੀਆਂ ਬਹੁਤ ਜ਼ਿਆਦਾ ਰੇਲ ਗੱਡੀਆਂ ਦੇਖਣ ਨੂੰ ਮਿਲਿਆ, ਪੀਲੀ ਰੇਲ ਗੱਡੀ ਆ ਗਈ, ਦੇਖੋ ਸਾਰੀ ਪੀਲੀ ਹੈ। 40 ਮਿੰਟਾਂ ਬਾਅਦ ਕੋਈ ਸਟੇਸ਼ਨ ਆ ਗਿਆ, ਬਹੁਤ ਸਾਰੇ ਲੋਕ ਉਰੇ ਉਤਰ ਰਹੇ ਆ। ਆਹ ਭਾਈ ਸਾਹਿਬ ਵੀ ਫਰੂਟ ਫਰਾਟ ਵੇਚਦਾ ਫਿਰਦਾ, ਰੋਡ ਹੀ ਰੋਡ, ਮਤਲਬ ਇੰਫਰਾਸਟ੍ਰਕਚਰ 'ਚ ਤਾਂ ਬਹੁਤ ਬਹੁਤ ਅੱਗੇ ਹੈ ਸਿਸਟਮ, ਸੰਤਰਾ ਹੈ ਨਾ। ਆਹ ਫੜੋ, 120 ਰੁਪਈਆਂ ਦੇ 5 ਸੰਤਰੇ ਲਏ ਆ, ਇਹਦੇ ਵਿੱਚ ਛਿੱਲ ਕੇ ਡਿੱਗਾਂਗੇ, ਆਰਾਮ ਨਾਲ ਖਾਂਦੇ ਇੰਜੋਏ ਕਰਾਂਗੇ। ਸਾਰੇ ਖਾ ਰਹੇ ਆ, ਮੂੰਗਫਲੀਆਂ ਮਾਫਲੀਆਂ ਖਾ ਰਹੇ ਭਾਈ, ਸਾਡਾ ਵੀ ਦਿਲ ਕੀਤਾ ਖਾਣ ਨੂੰ। ਜਿਵੇਂ ਆਪਣੇ ਉਹ ਖੀਰੇ ਹੁੰਦੇ ਆ ਨਾ ਹਾਈਬ੍ਰਿਡ, ਵੀ ਉਹਦੇ ਫੁੱਲ ਤਾਰਨ ਦੀ ਲੋੜ ਨਹੀਂ, ਇਹ ਚੀਨੀ ਨੇ ਐਵੇਂ, ਇਹ ਸੰਤਰੇ ਆ, ਇਹਨਾਂ ਦੇ ਉੱਪਰ ਬਹੁਤੇ ਉਹ ਨਹੀਂ ਹੁੰਦੇ, ਬਹੁਤ ਘੈਂਟ ਨੇ ਅਤੇ ਬਹੁਤ ਜ਼ਿਆਦਾ ਮਿੱਠੇ ਆ। ਆਹ ਦੇਖੋ
ਆਹ ਪਿੰਡ ਆ ਗਿਆ ਵੀ, ਪੁਰਾਣੇ ਜਿਹੇ ਘਰ ਨੇ ਕਿੰਨੇ ਖੂਬਸੂਰਤ ਆ। ਵਾਓ, ਟਰੈਕ ਵਾਲੀ ਸਾਈਡ ਕੁਛ ਵੀ ਐਂਟਰ ਨਹੀਂ ਹੋ ਸਕਦਾ ਜੀ, ਬਹੁਤ ਜ਼ਿਆਦਾ ਸਿਕਿਉਰਿਟੀ ਹੈ। ਦੇਖੋ ਕੰਧਾਂ ਕੱਢ ਕੱਢ ਕੇ ਫੈਂਸਿੰਗ ਮਾਰੀ ਹੋਈ ਹੈ ਵੀ ਕੋਈ ਉਹਨਾਂ ਟਰੈਕਾਂ 'ਤੇ ਨਾ ਜਾਈ। ਥਾਂ ਥਾਂ 'ਤੇ ਸਾਰੇ ਕੈਮਰੇ ਲੱਗੇ ਹੋਏ ਆ ਕਿਉਂਕਿ ਇਹ ਹਾਈ ਸਪੀਡ ਵਾਲੀਆਂ ਹੀ ਲਾਈਨਾਂ ਨੇ ਸਾਰੀਆਂ। ਛੋਟੇ ਤੋਂ ਛੋਟੇ ਹਿੱਸੇ ਨੂੰ ਵੀ ਰੇਲ ਨਾਲ ਇਹਨਾਂ ਨੇ ਜੋੜਿਆ, ਚਾਹੇ ਜਿੰਨੇ ਮਰਜ਼ੀ ਉੱਚੇ ਪਹਾੜ ਹੋਣ, ਜੋ ਮਰਜ਼ੀ ਰੇਗਿਸਤਾਨ ਹੋਵੇ। 6 ਵਜੇ ਵੀ ਦਿਨ ਛੱਪਣ ਵਾਲਾ ਹੀ ਹੈ। ਲਗਭਗ ਅਸੀਂ 2 ਘੰਟਿਆਂ 'ਚ 200 ਕਿਲੋਮੀਟਰ ਆ ਗਏ। ਓ ਬਾਈ, ਜੇ ਕਹਾਂ ਵੀ ਪਹਾੜਾਂ ਨੂੰ ਘੇਰਾ ਪਾ ਕੇ ਬੰਦ ਕੀਤਾ ਹੈ ਚਾਈਨਾ ਨੇ, ਉਹ ਕੰਮ ਕੀਤਾ ਹੈ ਪੂਰਾ, ਹੈ ਨਾ, ਘੇਰਾ ਮਾਰ ਗਿਆ ਬਣਾ ਬਣਾ ਕੇ ਰੇਲਵੇ ਸਟੇਸ਼ਨ। ਬਹੁਤ ਹੀ ਲਾਜਵਾਬ ਸਫ਼ਰ ਹੈ ਵੀ, ਜੇ ਹੋ ਸਕਿਆ ਇਹ ਸਫ਼ਰ ਤੁਸੀਂ ਦਿਨ 'ਚ ਕਰੀਏ ਤਾਂ ਹੀ ਇਹ ਵਿਊ ਇੰਜੋਏ ਕਰ ਸਕੋਗੇ, ਰਾਤ ਨੂੰ ਤਾਂ ਹਨੇਰਾ ਹੀ ਤੁਹਾਨੂੰ ਦੇਖਣ ਨੂੰ ਮਿਲੂ ਔਰ ਕੁਛ ਨਹੀਂ। ਇਹ ਬਈ ਇਹ ਇੱਥੇ ਪਾਣੀ ਪੈਂਦੀ ਹੈ ਦੇਖੋ। ਮੈਨੂੰ ਤਾਂ ਨੀਂਦ ਆ ਰਹੀ ਯਾਰ, ਮੈਂ ਲੈਣ ਚੱਲਿਆ ਵੀ ਕੌਫੀ ਕੂਫੀ ਅਤੇ ਪਾਣੀ, ਜੇ ਮਿਲੂਗਾ ਉੱਥੇ 11 ਨੰਬਰ ਜਗ੍ਹਾ ਮਿਲ ਜੂਗਾ ਭਾਈ ਸਾਹਿਬ ਨੇ, ਤਾਂ ਇੱਥੋਂ ਦੇ ਲੋਕਲ ਲੋਕ ਵੀ ਖਾ ਪੀ ਰਹੇ ਆ, ਚੜ ਜਾਂਦੇ ਉੱਤਰ ਜਾਂਦੇ। ਸੋਰ ਲੈ ਗਿਆ, ਬਹੁਤ ਵੱਡੇ ਵੱਡੇ ਕੋਚ ਨੇ ਵੀ ਇਹਦੇ, ਹਜੇ ਮੈਂ 14 'ਚ ਹੀ ਆਇਆ, 11 'ਚ ਜਾਣਾ। ਪਰ ਖਾਣ ਨੂੰ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ, ਭੁੱਖੇ ਨਹੀਂ ਮਰੋਗੇ ਤੁਸੀਂ, ਅਤੇ ਬਹੁਤ ਸਾਫ਼ ਸਫਾਈ ਨਾਲ ਮਿਲੂਗਾ ਖਾਣਾ ਪੀਣਾ ਵੀ। ਐਂ ਆਹ ਰੈਸਟੋਰੈਂਟ ਆ ਗਿਆ ਵੀ, ਪੈਂਟਰੀ ਕੋਚ ਆ ਗਿਆ, ਉਰੇ ਬਹਿ ਕੇ ਤੁਸੀਂ ਖਾ ਪੀ ਸਕਦੇ ਹੋ ਵੀ ਸਾਰਾ ਕੁਛ। ਕੋਕ ਕੁਲਵਿੰਦਰ ਵਾਸਤੇ ਲਈ ਹੈ ਪਾਣੀ ਮੇਰੇ ਵਾਸਤੇ। ਇੱਥੋਂ ਵਿਊ ਦੇਖੋ ਵੀ, ਫੁੱਲ ਫੁੱਲ ਜੇ ਪਏ ਆ, ਕਿੰਨਾ ਸੋਹਣਾ। ਦੂਜੀ ਸਾਈਡ ਦਾ ਵਿਊ ਵੀ ਬਹੁਤ ਸੋਹਣਾ ਵੀ, ਇੱਧਰ ਸੂਰਜ ਛਿਪ ਰਿਹਾ। ਲਓ ਵੀ ਮੈਂ ਇੱਕ ਨਿਊਡਲਸ ਲਏ ਆ, ਆਹ ਇੱਥੋਂ ਦੀ ਲੋਕਲ ਐਨਰਜੀ ਡਰਿੰਕ ਹੈ ਚਾਈਨਾ ਦੀ, 140 ਰੁਪਈਆਂ ਦੇ ਦਿੱਤੇ ਨੇ ਬਈ ਦੋਨੋਂ। ਆਹ ਛੋਟਾ ਜਿਹਾ ਕਸਬਾ ਆਇਆ ਵੀ, ਬਹੁਤ ਟਾਈਮ ਬਾਅਦ ਦੇਖੋ ਪਹਾੜਾਂ ਦੀ, ਮੈਂ ਬੁੱਕਲ 'ਚ ਵਸਾਇਆ, ਬਹੁਤ ਬਈ ਯਾਦਗਾਰੀ ਯਾਤਰਾ ਇੱਕ ਆ। ਰੂਸ ਤੋਂ ਬਾਅਦ ਜੇ ਕੋਈ ਮੈਨੂੰ ਯਾਤਰਾ ਵਧੀਆ ਲੱਗ ਰਹੀ ਹੈ, ਲੱਗ ਰਹੀ ਹੈ। ਮੈਗੀ ਨਿਊਡਲਸ ਆਪਣੇ ਬਣ ਗਏ, ਪਹਾੜਾਂ 'ਚ ਮੈਗੀ ਨਾ ਹੋਵੇ ਫਿਰ ਸਵਾਦ ਨਹੀਂ ਆਉਂਦਾ, ਅਤੇ ਬਹੁਤ ਘੈਂਟ ਨੇ ਯਾਰ, ਉਰੇ ਗਰਮ ਪਾਣੀ ਟ੍ਰੇਨ 'ਚ ਹੁੰਦਾ ਹੀ ਆ ਰਸ਼ੀਆ ਵਾਂਗੂ। ਅਤੇ ਆਹ ਐਨਰਜੀ ਡਰਿੰਕ ਉਰੇ ਪੀਣੀ ਹੈ ਚਾਈਨਾ 'ਚ ਆ ਕੇ, ਬਹੁਤ ਸਵਾਦ ਹੈ ਅਤੇ ਬਹੁਤ ਘੈਂਟ ਹੈ, ਕਿਉਂਕਿ ਮੈਨੂੰ ਨੀਂਦ ਬਹੁਤ ਜ਼ਿਆਦਾ ਆ ਰਹੀ ਸੀ, ਨੀਂਦ ਵੀ ਅੱਧੀ ਆ ਰਹੀ ਸੀ, ਅੱਖ ਖੁੱਲ੍ਹ ਗਈ, ਲੱਗ ਗਈ, ਮੇਰੇ ਤਾਂ ਹੱਥ ਪੈਰ ਸੁੰਨ ਹੋ ਗਏ ਸੀ, ਪਤਾ ਨਹੀਂ ਕਿਉਂ ਜ਼ਿਆਦਾ ਸਪੀਡ 'ਤੇ ਜਾ ਰਹੀ ਹੈ ਟ੍ਰੇਨ ਤਾਂ ਕਰਕੇ। ਇਹ ਰੇਲਵੇ ਟਰੈਕ ਕੋਈ 2-4 ਸਾਲ ਪਹਿਲਾਂ ਨਹੀਂ ਬਣਾਇਆ ਵੀ, 1958 'ਚ ਬਣਾਇਆ ਸੀ ਇਹਨਾਂ ਨੇ। ਇੱਥੇ ਸਾਰੇ ਜਿੰਨੇ ਵੀ ਇਹ ਜ਼ਿਲ੍ਹੇ ਨੇ, ਜਿੰਨੇ ਵੀ ਇਹ ਸ਼ਹਿਰ ਨੇ ਪਹਾੜੀ, ਇਹਨਾਂ 'ਚ ਇੰਡਸਟਰੀ ਨੂੰ ਬੂਸਟ ਕਰਨ ਵਾਸਤੇ ਇੰਨੇ ਸਾਲ ਪਹਿਲਾਂ। ਇਹ ਲੈਣ ਵੀ 1170 ਕਿਲੋਮੀਟਰ ਲੰਬੀ ਹੈ, 1-2 ਲੈਣ ਤਾਂ ਬੰਦ ਵੀ ਕਰਤੀ, ਪੁਰਾਣੀ ਹੋ ਗਈ ਸੀ, ਫਿਰ ਇਹਨਾਂ ਨੇ ਨਵੀਂ ਬਣਾਈ। ਉਹ ਆ ਰੋਡ ਲੰਘ ਰਿਹਾ ਹੇਠਾਂ ਦੀ, ਦੇਖੋ ਛੋਟੇ ਛੋਟੇ ਤਲਾਬ ਪਿੰਡਾਂ ਦੇ, ਪਹਾੜਾਂ ਦੇ ਉੱਪਰ ਵੀ ਬੱਦਲ ਜੇ ਦੇਖੋ ਕਿੰਨੇ ਘੈਂਟ ਲੱਗ ਰਹੇ ਆ। ਘਰ ਦੇਖੋ ਵੀ, ਵਾਓ, ਸਾਰੇ ਘਰਾਂ ਦੇ ਉੱਪਰ ਸੋਲਰ ਐਨਰਜੀ ਵਾਲਾ ਸਿਸਟਮ ਲੱਗਿਆ, ਕਿੰਨੇ ਸੋਹਣੇ ਸੋਹਣੇ ਘਰ ਨੇ। ਵਾਪਸ ਜਾ ਰਿਹਾ, ਮੇਰਾ ਡੱਬਾ ਕਾਫੀ ਦੂਰ ਹੈ। ਇਹ ਲੈਣ ਕੋਈ ਨੈਰੋ ਗੇਜ ਨਹੀਂ, ਸਟੈਂਡਰਡ ਗੇਜ ਹੈ, ਮੈਂ ਪੂਰੀ ਚੌੜੀ ਬਰੋਡ ਗੇਜ ਵੀ ਕਹਿ ਦਿੰਦੇ ਆ, ਅਤੇ ਮੈਂ ਤੁਰਿਆ ਜਾ ਰਿਹਾ, ਟ੍ਰੇਨ ਲਗਭਗ 160 ਦੀ ਸਪੀਡ 'ਤੇ ਜਾ ਰਹੀ ਹੈ, ਜਮਾਂ ਵੀ ਮੈਨੂੰ ਲਚਕ ਨਹੀਂ ਪੈ ਰਹੀ। ਆ ਭਾਈ ਟੋਫੀਆਂ ਵੇਚ ਰਿਹਾ, ਟੋਫੀਆਂ ਵੇਚ ਰਿਹਾ, ਲੜਪੀ ਬਈ ਲੜਪੀ, ਬੀਬੀ ਲੜਪੀ, ਠਹਿਰ ਬੀਬੀ। ਭਾਈ ਸਾਹਿਬ ਟੋਫੀ 'ਚ ਹੀ ਦੇ ਗਿਆ, ਬੇਰ 'ਚ ਛਾਪੇ ਹੋਏ ਨੇ, ਬੇਰ 'ਚ ਹੈ ਬਾਈ, ਬੇਰ 'ਚ ਹੈ, ਦੇਖੋ ਐਵੇਂ ਦਾ ਕੁਛ ਬੇਰ ਹੈ ਬਾਈ, ਦਾ ਕੋਕਾ ਕੋਲਾ ਦਾ ਫੈਨ ਹੈ, ਹੋਰ ਇਹਨੂੰ ਕੁਛ ਨਹੀਂ ਚਾਹੀਦਾ। ਉਹ ਵੀ ਟ੍ਰੇਨ ਲਾਈਨ ਹੈ ਵੀ, ਰੇਲਵੇ ਜਿਹੜੀ ਉਹ ਹੈ। 7 ਵੱਜ ਗਏ ਯਾਰ, ਇਹ ਟ੍ਰੇਨ ਸਾਨੂੰ 11 ਵਜੇ ਲਾਊਗੀ, ਪਤਾ ਨਹੀਂ ਯਾਰ, ਇੱਕ ਨਾ ਚਾਈਨਾ 'ਚ ਟਿਕਟ 'ਤੇ ਪਹੁੰਚਣ ਦਾ ਟਾਈਮ ਨਹੀਂ ਦਿੱਤਾ ਹੁੰਦਾ, ਸਿਰਫ ਸਟਾਰਟਿੰਗ ਦਾ ਟਾਈਮ ਦਿੱਤਾ ਹੁੰਦਾ ਵੀ 9 ਵਜੇ ਚੱਲੂਗੀ ਟ੍ਰੇਨ। ਲੋ ਵੀ ਹਨੇਰਾ ਹੋ ਗਿਆ ਬਹੁਤ ਜ਼ਿਆਦਾ, ਦੇਖੋ ਛੋਟਾ ਜਿਹਾ ਕਸਬਾ ਹੈ ਉਰੇ ਵੀ, ਦੇਖੋ ਕਿੰਨੀ ਜ਼ਿਆਦਾ ਲਾਈਟਿੰਗ ਆ ਬਿਲਡਿੰਗ ਦੀ, ਛੋਟੀ ਜਿਹੀ ਇਹਨਾਂ ਦੀ। ਚਾਹ ਦਾ ਬ੍ਰੇਕ ਆ ਗਿਆ ਵੀ ਡਰਾਈਵਰਾਂ ਦਾ, ਸਟੇਸ਼ਨ 'ਤੇ ਰੋਕ ਲਈ ਇਹਨਾਂ ਨੇ, ਖੜ 20 ਮਿੰਟ ਖੜਨ ਤੋਂ ਬਾਅਦ ਚੱਲ ਪਈ ਵੀ ਟ੍ਰੇਨ। ਕਿੰਨੇ ਸੋਹਣੇ ਸੋਹਣੇ ਸ਼ਹਿਰ ਲੰਘ ਰਿਹਾ ਬਈ, ਚੰਗੜੂ ਦੇ ਆਪਾਂ ਨੇੜੇ ਹੀ ਪਹੁੰਚਣ ਵਾਲੇ ਹਾਂ ਬਈ, ਇਹ ਸਾਰੇ ਪਹਾੜਾਂ ਵਿੱਚ ਦੀ ਆਪਾਂ ਨੇ ਸਫ਼ਰ ਕੀਤਾ, ਟਨਲਾਂ ਹੀ ਟਨਲਾਂ, ਸਾਰੇ ਪਹਾੜ।
ਕੁਲਵਿੰਦਰ ਤੋਂ ਪਾਵਰ ਬੈਂਕ ਆਧਾਰਾ ਲੈ ਕੇ ਵੀ ਚਾਰਜ ਕੀਤਾ। ਦੇਖੋ ਬੜਾ ਹਨੇਰਾ ਹੋਇਆ, ਕੁਛ ਨਹੀਂ ਦਿਖਦਾ, ਬਸ ਸਾਰੀਆਂ ਮਾਲ ਗੱਡੀਆਂ ਮਾਲ ਗੱਡੀਆਂ ਨੇ ਯਾਰ। ਸਾਡਾ ਤਾਂ ਟੇਸਣ ਹੀ ਨਹੀਂ ਆ ਰਿਹਾ ਯਾਰ। 10 ਵਜ ਗਏ ਰਾਤ ਦੇ, ਟ੍ਰੇਨ ਆਲਮੋਸਟ ਪਹੁੰਚਣ ਵਾਲੀ ਹੈ। ਹੁਣ ਤਾਂ ਜਿਹੜੇ ਪਹਿਲਾਂ ਖੁਸ਼ੀ ਖੁਸ਼ੀ ਚੜ੍ਹੇ ਸੀ ਸਾਡੇ ਨਾਲ, ਚੀਨੀ ਜੇ ਵੀ ਥੋੜ੍ਹੇ ਜਿਹੇ ਥੱਕ ਥੋਕ ਕੇ ਵੀ ਲੰਬੇ ਪੈ ਗਏ। ਜਿਹੜੀ ਮੈਟਰੋ ਸਟੇਸ਼ਨ 'ਚ ਮਿਲੀ ਸੀ ਵੀ ਕੁੜੀ, ਉਹ ਅੰਗਰੇਜ਼ੀ ਬੋਲ ਰਹੀ ਸੀ, ਮੈਂ ਦੇਖ ਕੇ ਹੈਰਾਨ ਸੀ, ਕਿਉਂਕਿ ਉਰੇ ਕੋਈ 100 'ਚੋਂ ਮਤਲਬ 0.5% ਬੰਦਾ ਹੀ ਕੋਈ ਅੰਗਰੇਜ਼ੀ ਬੋਲਦਾ, ਨਹੀਂ ਸਾਰੇ ਚੀਨੀ ਭਾਸ਼ਾ ਹੀ ਬੋਲਦੇ ਆ। ਆ ਬਾਈ ਨੇ ਤਾਂ ਖਤਮ ਕਰਤੀ ਬੋਤਲ, ਮੇਰੇ ਵਾਲੀ ਵੀ ਖਤਮ ਹੋ ਗਈ, ਇਹਨੂੰ ਡੇਕ ਕੇ ਉੱਥੇ ਪਾ ਗਿਆ। ਚਾਈਨਾ ਦੀ ਰੰਗੀਨੀ ਵੀ ਦਿਖਣੀ ਸ਼ੁਰੂ ਹੋ ਗਈ, ਰੋਡ ਦੇਖੋ ਕਿੰਨੇ ਘੈਂਟ ਨੇ। ਇੰਨੇ ਹਨੇਰੇ 'ਚ ਵੀ ਕੋਈ ਵੀ ਚੀਜ਼ ਦਿਖਦੀ ਨਹੀਂ ਹੁੰਦੀ ਅਕਸਰ ਕਿਸੇ ਸ਼ਹਿਰ 'ਚ, ਪਰ ਉਰੇ ਵੀ ਬਹੁਤ ਦੇਖੋ ਰੋਡ ਹੀ ਰੋਡ। ਆਂਟੀ ਫੈਨ ਹੋ ਗਈ, ਕਹਿੰਦੀ ਫੋਟੋ ਫੋਟੋ ਨਹੀਂ ਹਾਓ, ਹਿੰਦੀ ਹਿੰਦੀ ਹਿੰਦੀ, ਸਾਨੂੰ ਸਮਝ ਨਹੀਂ ਆ ਰਹੀ। ਇਹ ਕਹਿੰਦੀ ਮੇਰੀ ਸੀਟ ਸੀ, ਇੱਧਰ ਆ ਜਾ ਇੱਧਰ ਆ ਜਾ। ਓਕੇ, ਉਹ ਕਹਿੰਦੀ ਮੈਂ ਉੱਧਰ ਵਗ ਗਈ ਛੱਡ ਕੇ, ਕੋਈ ਚੱਕਰ ਨਹੀਂ, ਸ਼ਾਸ਼ਾ ਸ਼ੇਸ਼ਾ ਸ਼ੇਸ਼ਾ ਕਹਿੰਦੇ। ਆ ਵੀ ਬੱਚੇ ਬੁੱਚੇ ਜੇ ਉੱਠ ਗਏ ਦੇਖੋ ਸਾਰੇ, ਉਹ ਵੀ ਹੁਣ ਤਾਂ ਸ਼ਾਂਤ ਹੋ ਗਈ ਵੀ ਆਪਦੇ ਘਰਵਾਲੇ ਨਾਲ ਲੜ ਲੁੜ ਕੇ। ਉਹ ਆਪਦੀ ਮਾਂ ਨੂੰ ਵੀ ਕੰਨ 'ਚ ਦੱਸ ਰਿਹਾ ਵੀ ਇਹ ਕੌਣ ਬੈਠੇ ਆ ਸਾਹਮਣੇ ਦਾੜੀ ਮੁੱਛਾਂ ਜੀ ਵਾਲੇ। ਮੈਨੂੰ ਚਾਈਨਾ ਨਾਲ ਪਿਆਰ ਹੋ ਗਿਆ ਵੀ ਚਾਈਨੀ ਕੁੜੀ ਨਾਲ ਨਹੀਂ ਹੋਇਆ, ਚਾਈਨਾ ਨਾਲ ਹੋ ਗਿਆ। ਫਸਟ ਇੰਪ੍ਰੈਸ਼ਨ ਆਫ ਵੀ ਚੰਦੂ, ਦੇਖੋ ਚੰਗੜੂ, ਪਤਾ ਨਹੀਂ ਪੁੱਠੀ ਜੀ ਪ੍ਰੋਨਾਂਸੀਏਸ਼ਨ ਹੈ ਬਾਈ ਇਹਦੇ ਵੀ। ਰਿੰਗ ਰੋਡ ਦੇਖੋ ਯਾਰ ਕਿੰਨੇ ਘੈਂਟ ਨੇ ਬਾਈ, ਬਹੁਤ ਹੀ ਡਿਵੈਲਪਡ ਹੈ ਚਾਈਨਾ। ਰੋਡ ਦੇ ਲਾਈਟਾਂ ਦੇਖੋ ਵੀ ਕਿੰਨੀਆਂ ਸੋਹਣੀਆਂ ਲਾਈਆਂ ਹੁੰਦੀਆਂ ਨੇ ਇਹਨਾਂ। ਫਾਈਨਲੀ ਪਹੁੰਚ ਗਏ ਆਪਾਂ ਚੰਦੂ, ਚੰਦੂ ਕਹਿੰਦੇ। ਚੰਦੂ ਦਾ ਪਹਿਲਾ ਇੰਪ੍ਰੈਸ਼ਨ ਦੇਖਾਂਗੇ ਵੀ ਕਿਵੇਂ ਦਾ। ਤਾਂ ਆਲਮੋਸਟ ਸਾਰੀਆਂ ਉਰੇ ਟ੍ਰੇਨਾਂ ਸੇਮ ਹੀ ਹੁੰਦੀਆਂ ਨੇ, ਉਤਰਨਾ ਚੜ੍ਹਨਾ ਸਮੂਥ ਬਹੁਤ ਹੁੰਦਾ ਉਰੇ, ਠੰਡ ਕਾਫੀ ਹੈ ਯਾਰ, ਹੈ ਨਾ। ਆਹ ਮੇਰੇ ਪਿੱਛੇ ਨਾਂ ਲਿਖਿਆ ਹੈ ਬਈ ਚੰਡੂ XIA ਰੇਲਵੇ ਸਟੇਸ਼ਨ ਹੈ। ਇੱਧਰ ਵੀ ਇਹ ਟ੍ਰੇਨ ਲੰਘ ਰਹੀ ਹੈ, ਇਹ ਵੀ ਪੈਸੈਂਜਰ ਹੀ ਹੈ। 2-3 ਕੋਚਾਂ ਨੂੰ ਛੱਡ ਕੇ ਵੀ ਸਾਰੀ ਟ੍ਰੇਨ ਇਹ ਸੀਟਿੰਗ ਵਾਲੀ ਸੀ ਅਤੇ ਸਲੀਪਰ ਕੋਚ ਨਹੀਂ ਸੀ। 8 ਘੰਟਿਆਂ 'ਚ ਬਈ ਅਸੀਂ 850 ਕਿਲੋਮੀਟਰ ਆ ਗਏ ਸਭ ਤੋਂ ਸਸਤੀ ਟ੍ਰੇਨ 'ਚ, ਅਤੇ ਇਹਦੀ ਸਪੀਡ ਦਾ ਤੁਸੀਂ ਆਪੇ ਕੈਲਕੂਲੇਟ ਕਰ ਲਿਓ। ਅਤੇ ਬਹੁਤ ਜ਼ਿਆਦਾ ਕੰਫਰਟੇਬਲ ਜਰਨੀ ਸੀ, ਬਿਲਕੁਲ ਸਮੂਥ ਸੀ, ਕੋਈ ਔਖੇ ਨਹੀਂ ਹੋਏ। ਮਤਲਬ ਨਹੀਂ ਇੰਨੇ ਸਫ਼ਰ 'ਚ ਬੰਦਾ ਬੈਠਿਆ ਬੈਠਿਆ ਨਾ ਅੱਕ ਜਾਂਦਾ। ਕਲਕੱਤੇ ਤੋਂ ਦਿੱਲੀ ਰਾਜਧਾਨੀ ਵੀ 18-19 ਘੰਟੇ ਲੈਂਦੀ ਹੈ। ਵਾਹ ਵਾਹ ਆਪਣੀਆਂ ਭਾਰਤੀ ਟ੍ਰੇਨਾਂ ਵੀ ਇੰਨੀਆਂ ਕੰਫਰਟੇਬਲ ਨਹੀਂ ਹੈਗੀਆਂ, ਚਾਹੇ ਰਾਜਧਾਨੀ ਕਿਸੇ ਮਰਜ਼ੀ 'ਤੇ ਚੜ੍ਹ ਜਾਓ, ਜੋ ਸੱਚ ਹੈ ਸੱਚ ਹੈ। ਤਾਂ ਡਿਵੈਲਪਮੈਂਟ 'ਚ ਵੀ ਚਾਈਨਾ ਬਹੁਤ ਅੱਗੇ ਹੈ ਹਰ ਫੀਲਡ 'ਚ, ਇੰਡੀਆ ਤੋਂ ਤਾਂ 200 ਸਾਲ ਅੱਗੇ ਹੋਊਗਾ ਹੀ। ਆਹ ਕੁੜੀ ਨੇ ਜੈਕਟ ਦੇਖੋ ਕਿੰਨੀ ਵਧੀਆ ਪਾਈ ਹੈ। ਜਿੰਨੇ ਵੀ ਟ੍ਰੇਨ 'ਚ ਵੀ ਕਰਮਚਾਰੀ ਸੀ, ਜਿੰਨਾ ਚਿਰ ਉਹਨਾਂ ਦੀ ਡਿਊਟੀ ਹੈ ਵੀ ਉਹਨਾਂ ਦੀ ਅੱਡੀ ਨਹੀਂ ਲੱਗਦੀ ਧਰਤੀ 'ਤੇ, ਆਪਦੇ ਕੰਮ ਨੂੰ ਬੜੇ ਫਰਜ਼ ਨਾਲ ਨਿਭਾਉਂਦੇ ਆ, ਕੰਮ ਚੋਰ ਨਹੀਂ ਹੈਗੇ ਮੇਰਾ ਕਹਿਣ ਦਾ ਭਾਵ ਹੈ। ਸਟੇਸ਼ਨਾਂ ਦੇ ਤਾਂ ਵੀ ਇਹਨਾਂ ਨੇ ਬੰਬ ਲਾਏ ਪਏ ਆ, ਬਹੁਤ ਸੋਹਣੇ ਸੋਹਣੇ ਬਿਲਬੋਰਡ ਲੱਗੇ ਹੁੰਦੇ ਆ। ਜਿਹੜੀ ਵੀ ਥਕਾਵਟ ਵੈਸੇ ਤਾਂ ਟ੍ਰੇਨ 'ਚ ਹੁੰਦੀ ਨਹੀਂ, ਜੇ ਥੋੜ੍ਹੀ ਮੋਟੀ ਹੁੰਦੀ ਹੈ ਸਾਰੀ ਲੈ ਜਾਂਦੀ ਹੈ ਬੰਦੇ ਦੀ। ਬਾਕੀ ਕੁਲਵਿੰਦਰ ਦੀ ਗੱਲ, 2:30 ਫਲਾਈਟ ਹੈ ਯਾਰ, ਅਤੇ ਹੁਣ ਮੈਟਰੋ ਮੂਟਰੋ ਵੀ ਬੰਦ ਹੋ ਗਈ, ਪਤਾ ਨਹੀਂ ਅਜੇ ਹੋਟਲ ਵੀ ਕੁਛ ਵੀ ਨਹੀਂ ਅਜੇ ਬੁੱਕ ਕੀਤਾ, ਬਾਹਰ ਨਿਕਲ ਕੇ ਦੇਖਦੇ ਹਾਂ ਫਿਰ ਕੱਲ੍ਹ ਨੂੰ ਜਹਾਜ਼ ਚੜ੍ਹ ਕੇ ਆਉਣਾ ਵੀ ਇੰਡੀਆ ਜਾ ਰਿਹਾ। ਕੰਧਾੜੇ ਚਾੜ੍ਹ ਲਿਆ ਵੀ ਬੱਚਾ ਥੋੜ੍ਹਾ ਜਿਹਾ ਢੂਹੀਂ ਦੇ। ਆ ਇੱਥੋਂ ਦੀ ਵੀ ਦਾਰੂ ਦੂਰੂ ਹੈ ਪੁਰਾਣੀ, 1935 ਬੋਟਲ ਦੇਖੋ ਕਿੰਨੀ ਘੈਂਟ, ਇਹਦਾ ਬਿੱਲ ਬੋਰਡ ਲੱਗਿਆ। ਇੱਕ ਟਾਈਮ ਸੀ ਜਦੋਂ ਵੀ ਚਾਈਨਾ ਦੀ GDP ਭਾਰਤ ਤੋਂ ਵੀ ਹੇਠਾਂ ਸੀ, ਅੱਜ ਮਤਲਬ ਦੁਨੀਆ ਦੇ ਦੂਜੇ ਨੰਬਰ 'ਤੇ, ਅਮੈਰੀਕਾ ਨੂੰ ਵੀ ਜਿਹੜੇ ਹਿਸਾਬ ਨਾਲ ਚੱਲ ਰਿਹਾ ਛੇਤੀ ਕੰਪੀਟ ਕਰ ਦੂਗਾ। ਬਾਕੀ ਵਕਤ ਵਕਤ ਦੀਆਂ ਗੱਲਾਂ ਨੇ, ਮੋਦੀ ਹੋਰ ਸਿਰਫ ਕਹਿਣ ਵਾਲੇ ਆ, ਕਾਫੀ ਲੀਡਰ ਹੁੰਦੇ ਜਿਹੜੇ ਗੱਲਾਂ ਮਾਰਦੇ ਐਂ ਕਰ ਦਾਂਗੇ ਵੋ ਕਰ ਦਾਂਗੇ, ਕਰਨਾ ਕੁਛ ਨਹੀਂ।
ਇਹ ਚੁੱਪ ਚਪੀਤੇ ਕਰੀ ਜਾਂਦੇ ਆ, ਇਹਨਾਂ ਦਾ ਕੀਤਾ ਹੋਇਆ ਦਿਖਦਾ ਹੈ ਕੰਮ ਵੀ ਕੁਛ ਕੀਤਾ ਆਪਦੇ ਲੋਕਾਂ ਲਈ। ਐਂ ਥੋੜ੍ਹੀ ਹੈ ਕੋਈ ਨਿਕਲ ਜੂਗਾ ਆਪਣੇ ਦਾ, ਜਿਵੇਂ ਟੀਟੀ ਖੜ੍ਹੇ ਹੁੰਦੇ ਆ, ਮੈਂ ਫੇਰ ਹੀ ਗੇਟ 'ਚੋਂ ਬੰਦਾ ਟੱਪ ਸਕਦਾ ਜਿਹਦੇ ਕੋਲ ਟਿਕਟ ਹੈ ਜਾਂ ਆਈ ਡੀ ਆ ਸਕੈਨ ਕਰੂਗਾ, ਆਈ ਡੀ ਸਕੈਨ ਕਰੋ ਬਸ ਉਹਦੀ ਚੱਕ ਲੂਗਾ। ਆਹ ਦੇਖੋ ਪਾਸਪੋਰਟ ਰੱਖਿਆ ਇਹਨੇ। ਬਹੁਤ ਜ਼ਿਆਦਾ ਵੀ ਆਟੋਮੈਟਿਕ ਉਹਰੇ ਟੈਕਨੋਲੋਜੀ ਆ, ਹਰ ਚੀਜ਼ ਆਟੋਮੈਟਿਕ ਹੈ, ਮੈਨੂਅਲ ਤਾਂ ਕੁਛ ਵੀ ਨਹੀਂ। ਇਹ ਸਿਟੀ ਦੀ ਅਨੋਖੀ ਗੱਲ ਹੈ ਉਰੇ ਟ੍ਰੈਮ ਵੀ ਹੈ ਵੀ ਮੈਟਰੋ ਦੇ ਨਾਲ ਨਾਲ, ਆ ਲੋਕ ਖੜ੍ਹਿਆ ਵੀ ਜਿਨ੍ਹਾਂ ਦੇ ਰਿਲੇਟਿਵ ਰਿਲੂਟਿਵ ਆਉਣਗੇ ਉਹਨਾਂ ਨੂੰ ਪਿੱਕ ਕਰਨ ਵਾਸਤੇ ਆ ਰਹੇ ਬਈ। ਬਹੁਤ ਜ਼ਿਆਦਾ ਮੈਟਰੋ ਨੇ ਸ਼ਹਿਰ 'ਚ, ਲਗਭਗ 19 ਲਾਈਨਾਂ ਨੇ, ਦੇਖੋ ਸਾਰਾ ਸ਼ਹਿਰ ਕਵਰ ਹੈ ਟਰਾਂਸਪੋਰਟ ਨਾਲ, ਅਤੇ ਮਸ਼ੀਨ ਆਊਟ ਆਫ ਸਰਵਿਸ ਹੋ ਗਈਆਂ ਕਿਉਂਕਿ ਵੀ ਟਾਈਮ ਹੋ ਗਿਆ ਮੈਨੂੰ ਲੱਗਦਾ। ਰੇਲਵੇ ਸਟੇਸ਼ਨ ਨਾਲ ਹਰ ਚੀਜ਼ ਕਨੈਕਟਡ ਹੈ ਵੀ, ਆ ਦੇਖੋ ਬੱਸ, ਆਹ ਸਾਰੀਆਂ ਬੱਸਾਂ ਖੜ੍ਹੀਆਂ ਨੇ ਬਈ, ਪਰ ਰਾਤ ਵਾਲੀ ਹੋ ਗਈ, ਇਹ ਚੱਲਦੀਆਂ ਨੇ, ਕੋਈ ਕੋਈ ਆਉਂਦੀ ਹੈ। ਆਹ ਸਾਰਾ ਰੇਲਵੇ ਸਟੇਸ਼ਨ ਹੈ ਵੀ, ਚਾਂਗੜੂ XI ਹੈ, ਗੂਗਲ ਮੈਪ 'ਤੇ ਕੁਛ ਨਹੀਂ ਦਿਖਾਉਂਦਾ, ਈਵਨ ਐਪਲ 'ਤੇ ਵੀ ਨਹੀਂ ਦਿਖਾਉਂਦਾ। ਔਰ ਇਹ ਵੀ ਟੈਕਸੀ ਲੈ ਕੇ ਚੱਲਾਂਗੇ, ਹੋਟਲ ਸਾਡਾ 15-16 ਕਿਲੋਮੀਟਰ ਦੂਰ ਹੈ। ਆਹ ਸਾਰੀਆਂ ਟੈਕਸੀਆਂ ਚੱਲਦੀਆਂ ਨੇ, ਮੀਟਰ ਮੂਟਰ ਲੱਗੇ ਹੁੰਦੇ, ਤੁਹਾਨੂੰ ਦੱਸਿਆ ਹੀ ਹੈ। ਤਾਂ ਟੈਕਸੀ 'ਚ ਅਸੀਂ ਬੈਠ ਗਏ ਯਾਰ, ਉਰੇ 10 ਕਿਲੋਮੀਟਰ ਦੇ ਸ਼ਾਇਦ 10 ਜਾਣ ਲੱਗਦੇ ਜਿਹੜਾ ਮਿਨੀਮਮ ਫੇਅਰ ਹੈ, ਉਹ ਤੋਂ ਬਾਅਦ ਫਿਰ ਅੱਗੇ ਪਰ ਕਿਲੋਮੀਟਰ ਦਾ ਹਿਸਾਬ ਕਿਤਾਬ ਹੁੰਦਾ। ਵੀ ਇਹ ਹੇਠਾਂ ਕਰ ਦਿੰਦੇ ਆ ਤਾਂ ਅੱਗੇ ਲਾਈਟ ਆ ਜਾਂਦੀ ਹੈ ਲਾਲ, ਵੀ ਟੈਕਸੀ ਬੁੱਕ ਹੈ, ਜਦੋਂ ਉੱਪਰ ਕਰ ਦਿੰਦੇ ਤਾਂ ਪੀਲੀ ਲਾਈਟ ਆ ਜਾਂਦੀ ਹੈ ਵੀ ਇਹ ਫਰੀ ਹੈ ਟੈਕਸੀ। ਪੂਰੀ ਆਈਡੀ ਉਡੀ ਲੱਗੀ ਹੁੰਦੀ ਇਹਨਾਂ ਦੀਆਂ, ਧੋਖਾਧੜੀ ਨਹੀਂ ਕਰ ਸਕਦੇ। ਪ੍ਰਾਈਵੇਟ ਟੈਕਸੀ ਵਾਲਾ ਵੀ ਸੀ ਬਈ, ਉਹ 80 ਜਵਾਨ ਮੰਗ ਰਿਹਾ ਸੀ, ਮਤਲਬ ਉਰੇ ਦੇ ਰੁਪਈਏ, ਪਰ ਮੈਂ 80 ਰੁਪਈਏ ਕਹੂੰਗਾ ਤਾਂ ਉਹ ਚਾਈਨਾ ਦੀ ਕਰੰਸੀ ਹੋਇਆ ਕਰੂਗੀ, ਤਾਂ ਉਹ ਦੂਜੀ ਪ੍ਰਾਈਵੇਟ ਟੈਕਸੀ 'ਚ ਨਾ ਫਸ ਜਿਓ, ਪੇਲੇ ਜਾਓਗੇ ਹਮੇਸ਼ਾ। ਇਹ ਟੈਕਸੀ ਲੈਣੀ ਹੈ ਜਿਹੜਾ 0.8 ਹੈ, ਇਹ ਮਤਲਬ ਅਸੀਂ 800 ਮੀਟਰ ਆ ਗਏ। ਰੋਡਾਂ ਦੇ ਚਿੱਬ ਕੱਢੇ ਪਏ ਆ ਵੀ ਉੱਪਰ ਦੀ ਸਾਰੀ ਟ੍ਰੇਨ ਜਾਂਦੀ ਹੈ, ਜਿਹੜੀ ਇਹ ਟਨਲ ਬਣਾਈ ਹੋਈਆਂ ਨੇ, ਸਾਰੀਆਂ ਟਨਲ ਹੁੰਦੀਆਂ ਨੇ ਰੇਲਵੇ ਸਟੇਸ਼ਨਾਂ ਕੋਲ। ਉਰੇ ਜਦੋਂ ਖੜ੍ਹਦੀ ਹੈ ਟੈਕਸੀ, ਟਾਈਮ ਚੱਲ ਪੈਂਦਾ ਬਈ, ਵੇਟਿੰਗ ਟਾਈਮ ਦੀ ਇੱਕ ਲਿਮਿਟ ਹੁੰਦੀ, ਉਹ ਤੋਂ ਬਾਅਦ ਫਿਰ ਚਾਰਜਸ ਪੈਂਦੇ ਨੇ। ਜਿਵੇਂ ਦੁਬਈ 'ਚ ਟੈਕਸੀ ਵਾਲਾ ਹਿਸਾਬ ਕਿਤਾਬ ਹੈ ਨਾ, ਬਸ ਸੇਮ ਉਹੀ ਹੈ, ਬਸ ਉਰੇ ਭਾਸ਼ਾ ਚਾਈਨੀ ਲਿਖੀ ਹੁੰਦੀ ਹੈ। ਬਹੁਤ ਹੀ ਜ਼ਬਰਦਸਤ ਸ਼ਹਿਰ ਹੈ ਬਈ। ਇਹ ਸ਼ਹਿਰ 'ਚ ਮੈਨੂੰ ਥੋੜ੍ਹੀ ਜਿਹੀ ਲਾਈਟਿੰਗ ਘੱਟ ਦਿਖ ਰਹੀ ਹੈ, ਪਰ ਸਾਈਡਾਂ 'ਤੇ ਹੈ, ਆਹ ਬਿਲਡਿੰਗਾਂ ਦੇ ਉੱਪਰ ਨਹੀਂ ਦੇਖੋ ਲਾਈਟਿੰਗ ਜੀ ਹੈਗੀ। ਦੇਖੋ ਇੱਧਰ ਬੁਰੀ ਲਾਈਟਿੰਗ ਜੀ ਹੈ, ਉੱਪਰੋਂ ਰੋਡ ਰੂਡ ਜਾਂਦਾ ਹੇਠਾਂ ਤੋਂ, ਸਾਫ਼ ਸਫਾਈ ਵੀ ਬਹੁਤ ਹੋ ਰਹੀ ਜਮੀਨ। ਲੁਧਿਆਣੇ ਵਾਲਾ ਚੌੜਾ ਬਾਜ਼ਾਰ ਯਾਦ ਆ ਗਿਆ ਵੀ, ਜਿਵੇਂ ਉਹ ਬ੍ਰਿਜ ਦੇ ਹੇਠਾਂ ਨਾ, ਪੂਰਾ ਮੀਂਹ ਆਉਣਾ ਸਟਾਰਟ ਹੋ ਗਿਆ ਵੀ, ਸ਼ੀਸ਼ੇ 'ਤੇ ਕਣੀਆਂ ਪੈ ਗਈਆਂ, ਪਰ ਬਹੁਤ ਸੋਹਣਾ ਲੱਗ ਰਿਹਾ ਵੀ ਸ਼ਹਿਰ। ਸਾਰੀਆਂ ਤੁਹਾਨੂੰ ਉਰੇ ਹਰੀਆਂ ਹਰੀਆਂ ਆਹੀ ਟੈਕਸੀਆਂ ਮਿਲਣਗੀਆਂ, ਹੋਰ ਕੋਈ ਟੈਕਸੀ ਨਹੀਂ ਮਿਲੂਗੀ। ਅਤੇ ਬਈ 22 ਬਣਾਉਂਦੇ ਨੇ ਹੁਣ ਤੱਕ, 6.5 ਕਿਲੋਮੀਟਰ ਹੀ ਅਜੇ ਆਏ ਹਾਂ ਅਸੀਂ। ਫੇਰ ਪੈ ਗਈਆਂ ਦੇਖੋ ਕਣੀਆਂ, ਗੇਟ ਜਿਹਾ ਦੇਖੋ ਕਿੰਨਾ ਸੋਹਣਾ ਬਈ। ਹੁਣ ਬਈ ਛੋਟਾ ਜਿਹਾ ਸੋਹਣਾ ਜਿਹਾ ਰੋਡ ਆ ਗਿਆ, ਦਰਖਤ ਜਿਹੇ ਲੱਗੇ ਹੋਏ ਆ, ਸਿੰਗਲ ਜੀ ਸੜਕ ਹੈ। ਮੈਪ ਬਈ ਕੈਮਰੇ ਵੀ ਦਿਖਾਉਂਦਾ ਵੀ ਉਰੇ ਕੈਮਰਾ, 3 ਬੱਤੀਆਂ ਰਹਿ ਗਈਆਂ ਦੇਖੋ, ਆਹ 3 ਬੱਤੀਆਂ ਰਹਿ ਗਈਆਂ, ਐਂ ਬਿੱਲ ਕੱਢ ਕੇ ਦਿੰਦੇ ਆ, ਫੇਰ ਗੱਲ ਬਣਦੀ। 13 ਕਿਲੋਮੀਟਰ ਆਏ ਹਾਂ ਅਸੀਂ, 42 ਜਵਾਨ ਲੱਗ ਗਏ, ਬਾਈ ਦੀ ਆਈਡੀ ਉਡੀ ਹੈ, ਸਾਰਾ ਕੁਛ A to Z ਹੈ। ਬਾਏ ਬਾਏ ਸ਼ੀਸ਼ਾ, ਠੰਡ ਬਹੁਤ ਜ਼ਿਆਦਾ ਹੈ ਵੀ, ਇਹ ਬਿੱਲ ਦੇ ਤਾ ਬਾਈ ਨੇ ਕੱਢ ਕੇ। ਆਪਣਾ ਹੋਸਟਲ ਹੈ ਵੀ ਇਹ, ਲੋਕਲ ਟੀ ਰੂਮ, 5ਵੇਂ ਫਲੋਰ 'ਤੇ ਹੋਸਟਲ ਹੈ, 4th ਦੇ ਕੀ ਹੈ ਹੈਪੀ ਫਿਟਨੈਸ। ਲਓ ਬਈ ਇਹ ਸਾਡਾ ਹੋਸਟਲ ਹੈ, ਲੋਕ ਬੈਠੇ ਕੰਮਕਾਰ ਕਰ ਰਹੇ ਵੀ, ਚਾਈਨਾ 'ਚ ਹੋਸਟਲ ਬਾਹਲੇ ਸੋਹਣੇ ਮਿਲਦੇ ਆ। ਹੋਸਟਲ ਅਤੇ ਹੋਟਲ ਇਹ ਕੋਂਬੀਨੇਸ਼ਨ ਹੀ ਹੁੰਦਾ, ਦੇਖੋ ਵੀ ਤੁਹਾਨੂੰ ਰੂਮ ਵੀ ਮਿਲ ਜਾਣਗੇ ਅਤੇ ਡੋਰਮੈਟਰੀ ਵੀ, ਕੰਮ ਸਾਰਾ ਡਿਜੀਟਲ। ਇਹ ਸਾਡਾ ਰੂਮ ਹੈ ਵੀ, ਬਹੁਤ ਜ਼ਿਆਦਾ ਸੋਹਣਾ। ਇਹਦੇ ਪੇ ਕੀਤੇ ਅਸੀਂ 1600-1700 ਰੁਪਇਆ ਪੇ ਕੀਤਾ, ਇੰਨਾ ਕੀ ਕਟਿਆ ਕਾਰਡ 'ਚੋਂ। LCD ਲੱਗੀ ਹੋਈ ਹੈ, ਕੰਪਲੀਮੈਂਟਰੀ ਪਾਣੀ ਅਤੇ ਚਾਹ ਵੀ ਇਹ ਸਾਰੇ ਚਾਈਨੀਜ਼ ਦਿੰਦੇ ਆ, ਕੈਟਲ ਕੂਟਲ ਹਨ। ਆਹ 2 ਸੈਪਰੇਟ ਬੈੱਡ ਨੇ ਜੋ ਵਧੀਆ ਗੱਲ ਲੱਗੀ, ਅਤੇ ਜਿਹੜਾ ਵਾਸ਼ਰੂਮ ਉਹ ਪਰਲੀ ਸਾਈਡ ਹੈ ਪਰ ਟ੍ਰਾਂਸਪਰੈਂਟ ਹੈ ਬਈ। ਆਹ ਵਾਸ਼ਰੂਮ ਹੈ, ਇਹ ਲੱਗ ਜਾਂਦੀ ਹੈ, ਬਸ ਸ਼ੀਸ਼ਾ ਪਾਇਆ ਇਹਨਾਂ ਨੇ। ਆਹ ਟੈਕਸੀ ਵਾਲੇ ਨੇ ਜੋ ਬਿੱਲ ਦਿੱਤਾ ਵੀ, ਅੱਖਰ ਜਿਹੇ ਲਿਖੇ, ਜਿੰਨੀ ਪਾਇਆ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਕੀ ਹੈ, ਉੱਦਾਂ ਉਹ ਲੈ ਲਿਆ। KFC 'ਚ ਔਡਰ ਕੀਤਾ ਯਾਰ, ਭੁੱਖ ਬਹੁਤ ਲੱਗ ਰਹੀ ਸੀ,
ਤਾਂ ਹੁਣ ਤਾਂ ਕਾਫੀ ਦੂਰ ਸੀ ਸਟੋਰ, ਤਾਂ ਇਹ ਸਾਡੀ ਹੋਸਟਲ ਵਾਲੀ ਕੁੜੀ ਨੇ ਆਪ ਔਨਲਾਈਨ, ਹੈ ਨਾ, ਜਿਵੇਂ ਆਪਣੇ ਸਵਿਗੀ ਸਵੁਗੀ ਚੱਲਦਾ, ਚਾਈਨੀਜ਼ ਐਪਾਂ ਚੱਲਦੀਆਂ ਨੇ, ਸਾਡਾ ਆਰਡਰ ਆ ਗਿਆ, ਕੀਤਾ ਸੀ KFC ਤੋਂ, ਬਰਗਰ ਕਿੰਗ ਵਾਲਾ ਦੇ ਗਏ, ਕਿਉਂਕਿ ਉਹਦੇ ਕੋਲ ਕੌਫੀ ਨਹੀਂ ਸੀ, ਪੈਕਿੰਗ ਬੜੀ ਘੈਂਟ ਲੱਗੀ ਬਰਗਰ ਕਿੰਗ ਦੀ, ਝੋਲੇ ਜੇ ਦੀ, ਆਹ ਵੀ ਇੰਡੀਆ ਲੈ ਜੀ ਹੋਏ ਯਾਦਗਾਰੀ ਵਾਸਤੇ। ਕੌਫੀ ਦਾ ਨਾਂ ਦੇਖੋ, ਨਾਉ ਵਾ ਕੌਫੀ। ਬਹੁਤ ਸ਼ੋਪਿੰਗ ਕੀਤੀ ਹੈ, ਦੇਖੋ ਕੁਲਵਿੰਦਰ ਨੇ ਤਾਂ ਬਹੁਤ ਕਰ ਲਈ, ਪੂਰਾ ਚਾਈਨਾ ਲੈ ਗਿਆ ਖਰੀਦ ਕੇ, ਹੈ ਸਾਰੀ ਸ਼ੋਪਿੰਗ ਆਲਮੋਸਟ ਅੱਜ ਹੀ ਕੀਤੀ ਹੈ, ਕੱਲ੍ਹ ਤਾਂ ਅਸੀਂ ਦੇਖ ਕੇ ਆਏ ਸੀ ਕੀ ਲੈਣਾ ਕੀ ਨਹੀਂ। ਸਪੇਸ ਵਾਲੀ ਜੈਕਟ ਹੈ ਬਈ, ਪੂਰੀ ਪੂਰਾ ਕਵਰ ਹੋ ਜਾਂਦਾ, ਦੇਖੋ ਸਾਹ ਲੈਣ ਨੂੰ ਵੀ, ਐਨਕਾਂ ਆਉਣਗਾਂ ਪੂਰੀਆਂ, ਹੈ ਨਾ। ਤਾਂ ਸਵੇਰ ਹੋ ਗਈ ਵੀ, ਰਾਤ ਸੌਂ ਗਿਆ ਸੀ, ਹੁਣ ਮੈਂ ਚੱਲਿਆ ਕੁਲਵਿੰਦਰ ਨੂੰ ਛੱਡਣ ਏਅਰਪੋਰਟ, ਘੰਟੇ ਦਾ ਰਸਤਾ ਹੈ, ਸਾਡੇ ਹੋਸਟਲ ਦੇ ਬਾਹਰ ਹੀ ਆ ਬਈ ਮੈਟਰੋ ਸਟੇਸ਼ਨ। ਟਿਕਟ ਲੈ ਲਈ ਹੈ ਬਈ, ਸਿਲੈਕਟ ਲਾਈਨ, ਇੱਕ ਟਿਕਟ ਹੈ 11 ਜਵਾਨ ਦੀ ਬਈ, ਇਹ ਨਹੀਂ ਟਿਕਟ ਪੇ ਹੋ ਗਏ ਬਈ, ਆ ਗਈ ਟਿਕਟ। ਇਹ ਸ਼ਹਿਰ ਦੀ ਟਿਕਟ ਮੈਟਰੋ ਦੀ ਹੋਰ ਤਰ੍ਹਾਂ ਦੀ ਹੈ, ਉਰੇ ਵੀ ਫੋਟੋ ਹੁੰਦੀ ਹੈ ਦੇਖੋ ਪੂਰੀ। ਇੱਥੇ ਮੈਟਰੋ ਸਟੇਸ਼ਨਾਂ ਦੇ ਵੀ ਪਾਣੀ ਵੀ ਚੈੱਕ ਕਰਦੇ ਆ ਵੀ ਇਹਦੇ ਵਿੱਚ ਅਲਕੋਹਲ ਤਾਂ ਨਹੀਂ ਹੈਗਾ ਬੋਟਲ ਦੇ, ਤਾਂ ਅਲੱਗ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ, ਮਤਲਬ ਰੱਖਦੇ ਨਹੀਂ ਪਾਣੀ, ਦੇ ਦਿੰਦੇ ਪਰ ਚੈੱਕ ਕਰਦੇ ਆ, ਮਸ਼ੀਨ ਜੀ ਹੈ। ਆਹ ਸ਼ੰਗਲੂ ਬੈਸਟ ਰੇਲਵੇ ਸਟੇਸ਼ਨ ਨੂੰ ਜਾਣਾ ਆਪਾਂ, ਆ ਗਈ ਵੀ ਮੈਟਰੋ। ਮੈਟਰੋ 'ਚ ਵੀ ਸਵੇਰੇ ਸਵੇਰੇ ਇੰਨੀ ਭੀੜ ਹੋ ਜਾਂਦੀ ਹੈ, ਦੇਖੋ ਕਿੰਨੇ ਲੋਕ ਬੈਠੇ ਆ। ਜਿਹੜੀ ਏਅਰਪੋਰਟ ਵਾਲੀ ਮੈਟਰੋ ਹੁੰਦੀ ਹੈ ਵੀ ਉਹਦੀਆਂ ਜਿਹੜੀ ਸਿਟਿੰਗ ਚੇਅਰਸ ਹੁੰਦੀਆਂ ਉਹ ਐਂ ਲੱਗੀਆਂ ਹੁੰਦੀਆਂ ਨੇ ਜਿਵੇਂ ਟ੍ਰੇਨ 'ਚ ਹੁੰਦੀਆਂ ਨੇ, ਜਿਹੜੀ ਨੋਰਮਲ ਮੈਟਰੋ ਹੁੰਦੀ ਹੈ ਵੀ ਉਹ 'ਚ ਐਵੇਂ ਦੀਆਂ ਕੁਰਸੀਆਂ ਨਹੀਂ ਹੁੰਦੀਆਂ। ਲੋ ਵੀ ਬਹੁਤ ਜ਼ਿਆਦਾ ਕੰਪਲੀਕੇਟਡ ਹੈ ਉਹਦੀ ਮੈਟਰੋ, ਮੈਪ ਵੀ ਕਈ ਵਾਰੀ ਗਲਤ ਦਿਖਾ ਦਿੰਦਾ। 4-5 ਟ੍ਰੇਨਾਂ ਬਦਲ ਕੇ ਅਸੀਂ ਏਅਰਪੋਰਟ 'ਤੇ ਪਹੁੰਚੇ, ਚੈੱਕ ਇਨ ਡੋਮੈਸਟਿਕ, ਇੱਧਰ ਇੰਟਰਨੈਸ਼ਨਲ ਹੋ ਅੱਗੇ। ਏਅਰਪੋਰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ, ਅਤੇ ਚੈੱਕ ਇਨ ਵਾਲੀ ਸਾਈਡ ਜਾ ਰਹੇ ਹਾਂ ਹੁਣ। ਮੈਟਰੋ ਸਟੇਸ਼ਨਾਂ 'ਤੇ ਏਅਰਪੋਰਟਾਂ 'ਤੇ ਅੰਗਰੇਜ਼ੀ ਲਿਖੀ ਹੁੰਦੀ ਹੈ, ਡਾਇਰੈਕਟ ਇੰਡੀਆ ਨੂੰ ਇੱਥੋਂ ਕੋਈ ਫਲਾਈਟ ਨਹੀਂ ਜਾਂਦੀ, ਤਾਂ ਸਾਰੀਆਂ ਫਲਾਈਟਾਂ ਬਾਏ ਮਕਾਊ ਜਾਂ ਹਾਂਗਕਾਂਗ ਤਾਈਵਾਨ ਹੋ ਕੇ ਜਾਂਦੀਆਂ ਨੇ। ਨਵੇਂ ਸਾਲ ਕਰਕੇ ਵੀ ਏਅਰਪੋਰਟ ਵੀ ਇਹਨਾਂ ਨੇ ਸਜਾਇਆ ਪਿਆ, ਦੇਖੋ ਬਹੁਤ ਵੱਡਾ ਏਅਰਪੋਰਟ ਹੈ ਯਾਰ, ਬਹੁਤ ਵੱਡਾ। ਆਹ ਸਾਰੇ ਚੈੱਕ ਇਨ ਕਾਊਂਟਰ ਨੇ, ਐਡੀਆਂ ਡਿਸਪਲੇਆਂ ਲੱਗੀਆਂ ਹੋਈਆਂ ਨੇ ਵੀ ਉਰੇ ਪੂਰੇ ਰੂਟ ਮੈਪ ਦੀਆਂ। ਫਲਾਈਟ ਦਾ ਚੈੱਕ ਇਨ ਹੋ ਰਿਹਾ ਵੀ, ਦੇਖੋ ਸਾਰੇ ਲਾਈਨ 'ਚ ਖੜੇ ਆ, ਮੇਰੇ ਵਾਲਾ ਬੈਗ ਵੀ ਇਹਨੂੰ ਫੜਾਤਾ ਯਾਰ, ਮੇਰੇ ਕੋਲ ਐਵੇਂ ਐਡਾ ਵੱਡਾ। ਚੀਨ 'ਚ ਸਾਨੂੰ ਗੋਰੇ ਵੀ ਦੇਖਣ ਨੂੰ ਮਿਲ ਗਏ 2-3, ਪਹਿਲੀ ਵਾਰ ਹੋਇਆ। ਫਾਈਨਲੀ ਬੋਰਡਿੰਗ ਪਾਸ ਮਿਲ ਗਏ, ਇਹਦੀ ਹਾਂਗਕਾਂਗ ਤੋਂ ਕਨੈਕਟਿੰਗ ਫਲਾਈਟ ਹੈ, ਕਿਉਂਕਿ ਸੇਮ ਹੀ PNR ਹੁੰਦਾ, ਤਾਂ ਇਹਨੂੰ ਮਤਲਬ ਟ੍ਰਾਂਜਿਟ ਵੀਜ਼ੇ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਹਨੇ ਕਿਹੜਾ ਏਅਰਪੋਰਟ ਤੋਂ ਬਾਹਰ ਜਾਣਾ। ਲਓ ਵੀ ਕੁਲਵਿੰਦਰ ਨੂੰ ਕਰਤਾ ਆਪਾਂ ਨੇ ਅਲਵਿਦਾ, ਵਾਪਸ ਮੈਟਰੋ ਲੈ ਕੇ ਜਾਣਾ ਇਹਦੀ ਸ਼ਹਿਰ, ਪਹਿਲਾਂ ਤਾਂ ਪਾਵਰ ਬੈਂਕ ਲੈਣਾ ਆਪਾਂ ਨੇ। ਟਿਕਟ ਲੈ ਲਈ ਵੀ, ਇਹਦੇ ਲਿਖਿਆ ਸਿੰਗਲ ਜਰਨੀ ਟਿਕਟ, ਦੇਖੋ ਕਿੰਨੀ ਘੈਂਟ ਹੈ ਯਾਰ। ਆ ਗਈ ਵੀ ਆਪਣੀ ਫਾਈਨਲੀ ਮੈਟਰੋ 'ਤੇ, ਉਰੇ ਨਾ ਯਾਰ ਮੈਟਰੋ ਦੇ ਵਿੱਚ ਵੀ ਪੁਲਿਸ ਵਾਲੇ ਹੁੰਦੇ ਆ, ਜਿਵੇਂ ਆਪਣੇ ਤਾਂ ਸਿਰਫ ਟ੍ਰੇਨਾਂ 'ਚ ਹੁੰਦੇ ਆ, ਉਰੇ ਮੈਟਰੋ ਦੇ ਅਲੱਗ ਅਲੱਗ ਡੱਬੇ ਦਾ ਵੀ ਟੈਂਪਰੇਚਰ ਅਲੱਗ ਅਲੱਗ ਹੁੰਦਾ, ਦੇਖੋ ਇਹ ਲਿਖਿਆ ਹੈ ਜਿਹੜਾ ਜ਼ਿਆਦਾ ਕੂਲ ਹੈ ਅਤੇ ਥੋੜ੍ਹਾ ਜਿਹਾ ਨਿੱਘਾ ਹੈ, ਦੇਖੋ ਅਲੱਗ ਅਲੱਗ ਪੂਰਾ। ਮੇਰੀ ਟ੍ਰੇਨ ਲੰਘ ਗਈ, ਉਹਦਾ ਕਾਰਨ ਹੈ ਲਾਈਨ 18-19, ਕਿਉਂਕਿ ਮੈਂ ਜਾਣਾ ਵੀ 18 ਲਾਈਨ 'ਤੇ, ਅਤੇ ਇੱਥੋਂ 2 ਮੈਟਰੋ ਜਾਂਦੀਆਂ ਨੇ, ਤਾਂ ਇਹ ਦੇਖੋ ਇਹ ਹੇਠਲੀ 19 ਹੈ, ਉੱਪਰਲੀ 18 ਹੈ, ਤਾਂ ਉੱਪਰਲੀ ਹੋਰ ਪਾਸੇ ਜਾਂਦੀ ਆ, ਆਪਾਂ ਨੇ ਉੱਪਰ ਜਾਣਾ, ਤਾਂ ਇਹ ਕਿਵੇਂ ਪਤਾ ਲੱਗੂਗਾ ਵੀ ਹੁਣ ਕਿਹੜੀ ਟ੍ਰੇਨ ਆਈ ਹੈ। ਆਹ LCD 'ਤੇ ਡਿਸਪਲੇ ਹੁੰਦਾ ਰਹਿੰਦਾ, ਦੇਖੋ ਵੀ ਇਹ ਜਾਊਗੀ ਸਾਊਥ ਰੇਲਵੇ ਟਰਮੀਨਲ ਜਾਣਾ ਆਪਾਂ ਨੇ, 7 ਮਿੰਟ ਜਾ ਰਹੀ ਹੈ, ਆਹ ਸਾਰਾ ਕੁਛ ਇੰਗਲਿਸ਼ 'ਚ ਵੀ ਆਉਂਦਾ। ਦੇਖੋ ਇਹ ਨਵੀਂ ਚੀਜ਼ ਸਿੱਖਣ ਨੂੰ ਮਿਲ ਰਹੀ ਹੈ ਵੀ ਐਵੇਂ ਵੀ ਹੁੰਦਾ, ਕਿਉਂਕਿ ਅਦਰਵਾਈਜ਼ ਤਾਂ ਇੱਕ ਸਟੇਸ਼ਨ ਨੂੰ ਇਹ ਟ੍ਰੇਨ ਜਾਂਦੀ ਹੁੰਦੀ ਹੈ ਨਾ, ਪਤਾ ਹੀ ਹੁੰਦਾ ਵੀ ਇੱਧਰ ਆਹ ਸਟੇਸ਼ਨ ਹੈ, ਐਂ ਨਹੀਂ ਪਤਾ ਸੀ ਵੀ ਅੱਗੇ 2-2 ਲਾਈਨਾਂ ਵੀ ਨਿਕਲਦੀਆਂ ਨੇ ਮੈਟਰੋ ਦੀਆਂ। ਟ੍ਰੇਨ 'ਚ ਬੈਠ ਗਏ ਯਾਰ, ਅੱਗੇ ਤੋਂ ਇਹ ਚੇਂਜ ਕਰਨੀ ਪਊਗੀ ਮੈਨੂੰ ਲੱਗਦਾ, ਕਿਉਂਕਿ ਅੱਗੇ ਫਿਰ ਇੱਕ ਚੇਂਜ ਜਿਹਾ ਹੁੰਦਾ ਇਹਨਾਂ ਦਾ। ਲੋ ਵੀ ਰੇਲਵੇ ਸਟੇਸ਼ਨ 'ਤੇ ਆ ਗਏ ਯਾਰ, ਕਾਫੀ ਵੱਡੇ ਵੱਡੇ ਸਟੇਸ਼ਨ ਨੇ ਇੱਥੇ,
ਪਹੁੰਚ ਗਏ ਵੀ ਪਹੁੰਚ ਗਏ ਤਾਂ ਮੈਂ ਪਹੁੰਚ ਗਿਆ ਉਰੇ ਇੱਕ ਥਾਂ ਜੀ ਹੈ ਡੀਕੈਥਲੋਨ ਹੈ ਉਰੇ ਅਤੇ ਰਾਹ 'ਚ ਵੀ ਜੋ ਇਹਦੇ ਮੈਂ ਪਿੰਡ ਦੇਖੇ ਚੀਨ ਦੇ ਬੜੇ ਘੈਂਟ ਸੀ ਯਾਰ ਖੇਤੀਬਾੜੀ ਬੜੀ ਘੈਂਟ ਕਰਦੇ ਆ ਅਤੇ ਜਿਹੜਾ ਇਹਨਾਂ ਦਾ ਵੱਡਾ ਸਾਰਾ ਡੈਮ ਹੈ ਉਹਦੇ ਇਹਨਾਂ ਨੇ ਥਾਂ ਥਾਂ 'ਤੇ ਵੀ ਪੋਸਟਰ ਲਾਏ ਹੋਏ ਆ ਮੈਟਰੋ ਸਟੇਸ਼ਨਾਂ 'ਚ ਵੀ ਉਹਦੇ ਕਰਕੇ ਸਾਰੀ ਜੋ ਰੇਲ ਟ੍ਰਾਂਜਿਟ ਚੱਲ ਰਹੀ ਹੈ ਬਾਹਲਾ ਬਾਹਲਾ ਜ਼ਿਆਦਾ ਡਿਵੈਲਪਮੈਂਟ ਕਰ ਰਹੇ ਆ ਇੱਧਰ ਹੀ ਕਿੱਧਰੇ ਡੀਕੈਥਲੋਨ ਹੈ ਤੁਰਿਆ ਜਾ ਰਿਹਾ ਬਈ ਦੇਖੋ ਕਿੰਨੀ ਜ਼ਿਆਦਾ ਸਾਫ਼ ਸਫਾਈ ਹੈ ਡੀਕੈਥਲੋਨ ਦੇ ਸਟੋਰ 'ਚ ਆ ਗਏ ਆਪਾਂ ਅਤੇ ਬਾਹਲਾ ਵੱਡਾ ਵੀ ਇਹਨਾਂ ਨੇ ਦੇਖੋ ਇੱਧਰ ਗਰਾਊਂਡ ਬਣਾਏ ਹੋਏ ਫੁੱਟਬਾਲ ਦੇ ਗਰਾਊਂਡ ਉੱਧਰ ਬਾਸਕਟਬਾਲ ਦੇ ਇੰਨਾ ਕੁਛ ਨਹੀਂ ਮੈਂ ਕਿਸੇ ਡੀਕੈਥਲੋਨ ਦੇ ਸਟੋਰ 'ਚ ਦੇਖਿਆ ਬਸ ਯਾਰ ਉਹ ਜੈਕਟ ਮਿਲ ਜਿਹੜੀ ਮੈਨੂੰ ਚਾਹੀਦੀ ਹੈ ਨਹੀਂ ਬਾਹਰ ਹੋਰ ਲੈਣੀ ਪਊਗੀ ਕੋਈ ਸਸਤੀ ਇਹਨਾਂ ਕੋਲ ਵਰਾਇਟੀ ਤਾਂ ਬਹੁਤ ਜ਼ਿਆਦਾ ਉਹ ਵੀ ਜੈਕਟ ਪਤਾ ਨਹੀਂ ਕਿਉਂ ਨਹੀਂ ਹੈਗੀ ਯਾਰ ਪਤਾ ਨਹੀਂ ਵੀ ਉਰੇ ਵਿਕਦੇ ਨਹੀਂ ਉਹ ਕਲਰ ਜਿਹਾ ਬਾਹਲਾ ਜਿਹੜਾ ਸੰਤਰੀ ਜਿਹਾ ਰੰਗ ਹੁੰਦਾ ਨਾ ਬਾਹਲਾ ਅਟਰੈਕਟਿਵ ਹੈ ਲੋ ਵੀ ਇਹ ਕੁੜੀ ਮਿਲੀ ਹੈ ਮੈਨੂੰ ਡੀਕੈਥਲੋਨ 'ਚ ਮੇਰੀ ਹੈਲਪ ਕਰ ਰਹੀ ਹੈ ਨਾਈਸ ਟੂ ਮੀਟ ਯੂ ਦਿਸ ਕਲਰ 25, 24, 27 ਡੀਕੈਥਲੋਨ ਵਾਲੀ ਕੁੜੀ ਵੀ ਬਹੁਤ ਨਾਈਸ ਸੀ ਯਾਰ ਉਹਦੇ ਨਾਲ ਆਪਣੀ ਲਿਹਾਜ਼ ਪੈ ਗਈ ਤਾਂ ਮੈਂ ਕੱਲ੍ਹ ਨੂੰ ਕਰਨ ਜਾ ਰਿਹਾ ਟਰੈਕ ਜੈਕਟ ਮੈਂ ਮੇਰੇ ਵਾਲੀ ਕੁਲਵਿੰਦਰ ਨੂੰ ਦੇ ਦਿੱਤੀ ਸੀ ਉਹ ਮੈਨਸ ਮੈਂ 30 ਵਾਲੀ ਲਊਂਗਾ ਉਹ ਉਰੇ ਮਿਲੀ ਹੈ ਨਹੀਂ ਯਾਰ ਹੈ ਹੀ ਨਹੀਂ ਹੋਰ ਬਥੇਰੀਆਂ ਨੇ ਉਰੇ ਮੈਨਸ 20-22 ਵਾਲੀਆਂ ਇਹ ਮੈਨਸ 10-10 ਵਾਲੀਆਂ ਨੇ ਪਰ ਇਹ ਬੇਕਾਰ ਹੋ ਜੂਗੀ ਬੀਜਿੰਗ ਤੋਂ ਬਾਅਦ ਕਿਉਂਕਿ ਅੱਗੇ ਐਕਸਟ੍ਰੀਮ ਟੈਂਪਰੇਚਰ 'ਚ ਜਾਊਂਗਾ ਮੈਂ ਉਹ ਸਟੋਰ ਤਾਂ ਬਹੁਤ ਵੱਡਾ ਹੈ ਬਸ ਕਿਸਮਤ ਇਹ ਆਪਣੀ ਖਰਾਬ ਹੈ ਆਹ ਬੂਟਾਂ ਦੇ ਚੜ੍ਹਨ ਵਾਲੇ ਲਏ ਆ ਵੀ ਬਰਫ਼ ਦੇ ਤੁਰਨ ਵਾਲੇ ਗਰਮ ਪਾਣੀ ਵਾਲੀ ਬੋਟਲ ਲੱਭਦਾ ਫਿਰਦਾ ਬਈ ਆਹ ਦੇਖੋ ਇਹ ਗਲਾਸ ਆ ਦੇਖੋ ਕਿੰਨਾ ਘੈਂਟ ਹੈ ਨੋ ਥਰਮਲ ਇਟਸ ਨੋਰਮਲ ਆਹ ਲੈਡ 'ਤੇ ਵੀ ਬਰਫ਼ ਵਾਲੇ ਤਾਂ ਖਰੀਦ ਲਏ ਆਪਾਂ ਨੇ ਜੈਕਟ ਰਹਿ ਗਈ ਉਹ ਮੈਂ ਬਾਹਰੋਂ ਦੇਖੂੰਗਾ ਅੱਜ ਮੈਨੂੰ ਪਾਵਰ ਬੈਂਕ ਦੀ ਲੋੜ ਹੈ ਬਈ ਅੱਜ ਕੰਮ ਮਾੜਾ ਹੀ ਹੋਇਆ ਮੈਂ ਕੁਲਵਿੰਦਰ ਨੂੰ ਜੈਕਟ ਦੇਣੀ ਨਹੀਂ ਸੀ ਉਹ ਰੱਖਣੀ ਸੀ ਯਾਰ ਮੈਨੂੰ ਐਂ ਸੀ ਵੀ ਮਿਲ ਜੂਗੀ ਜੈਕਟ ਸਾਹਮਣੇ ਵਾਲੀਆਂ ਬਿਲਡਿੰਗਾਂ ਘੈਂਟ ਨੇ ਵੀ ਆਹ ਮੌਲ ਮੂਲ ਜਾ ਗਿਆ ਲੈ ਬਈ ਇਹ ਸਟੋਰ 'ਚ ਆਇਆ ਭਾਈ ਨੂੰ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ ਜੈਕਟ ਬੜੀ ਘੈਂਟ ਹੈ ਇਹ ਮੈਨਸ 40 ਵਾਲੀ ਹੈ ਗੁੱਡ ਜੈਕਟ ਹੈ ਪਰ ਮਹਿੰਗੀ ਵਾਲੀ ਹੈ 20-22 ਹਜ਼ਾਰ ਦੀ ਹੈ ਆਈ ਖੋਰ ਜੈਕਟ ਕੱਢ ਲਈ ਘੈਂਟ ਸ਼ੇਸ਼ ਘੈਂਟ ਹੈ ਪੂਰਾ ਕੰਮ ਤੇਰਾ ਸਾਰੇ ਟਰੈਕਿੰਗ ਟਰੂਕਿੰਗ ਵਾਲੇ ਲੋਕਲ ਬ੍ਰਾਂਡ ਹੈ ਇੱਥੋਂ ਦਾ ਡਿਸਕਾਊਂਟ ਹਾਂ ਸ਼ੋਮੀ ਦੇ ਸਟੋਰ 'ਤੇ ਆ ਗਿਆ ਵੀ ਉਰੇ ਤਾਂ ਸ਼ੋਮੀ ਦੇ ਫੋਨ ਬਹੁਤ ਚੱਲਦੇ ਐਮ ਆਈ ਕਹਿੰਦੇ ਨੇ ਮੈਨੂੰ ਪਾਵਰ ਬੈਂਕ ਚਾਹੀਦਾ ਇਹ 10,000 mAh ਦਾ ਪਾਵਰ ਬੈਂਕ ਬਈ 1200 ਰੁਪਏ ਦਾ ਉਰੇ ਅਤੇ ਜਿਹੜਾ ਇਹ 20,000 ਵਾਲਾ ਹੈ ਇਹ ਵੀ ਹੈਗਾ ਇਹ 1500-1600 ਰੁਪਏ ਦਾ ਅਤੇ ਜਿਹੜਾ 50 ਵਾਟ ਵਾਲਾ ਉਹ ਮਹਿੰਗਾ ਯਾਰ ਉਹ 2800 ਦਾ ਵਾਇਰਲੈਸ ਚਾਰਜਿੰਗ ਵਾਲਾ ਬਲੈਕ ਕਲਰ 'ਚ ਉਹ ਹੈ ਹੀ ਨਹੀਂ ਯਾਰ ਪਾਵਰ ਬੈਂਕ ਜਿਹੜਾ ਮੈਂ ਲੈਣਾ ਇਹ ਬਈ 50 ਵਾਟ ਦਾ ਬਹੁਤ ਫਾਸਟ ਚਾਰਜਿੰਗ ਵਾਲਾ ਹੈ ਪਹਿਲੀ ਵਾਰ ਸ਼ੋਮੀ ਦੇ ਸਟੋਰ ਤੋਂ ਖਰੀਦੇਗਾ ਹਾਂ ਘੈਂਟ ਹੈ ਬਈ ਦੇਖੋ ਛੋਟਾ ਜਿਹਾ ਸ਼ੋਮੀ ਦਾ ਆਹ ਪਾਵਰ ਬੈਂਕ ਆਪਾਂ ਨੇ ਲੈ ਲਿਆ ਇਹ 50 ਵਾਟ ਤੱਕ ਫਾਸਟ ਚਾਰਜਿੰਗ ਕਰਦਾ ਅਤੇ ਬਈ ਇਹ ਇਹਦੀ ਮੈਕਸੀਮਮ ਕਪੈਸਿਟੀ ਹੈ 22.5 ਵਾਟ ਦੀ ਤਾਂ ਕਰਕੇ ਇਹਦਾ ਰੇਟ ਵੀ ਮੈਂ 1200 ਰੁਪਏ ਜ਼ਿਆਦਾ ਇਹਦੇ ਨਾਲੋਂ ਅਤੇ ਇਹ ਹੈਗੇ 20,000 mAh ਦੇ ਨੇ ਪਹਿਲਾਂ ਮੇਰੇ ਕੋਲ ਐਵੇਂ ਦਾ ਸੀ 30,000 ਵਾਲਾ ਤਾਂ 2 ਪਾਵਰ ਬੈਂਕ ਲੈ ਲਿਆ ਹੁਣ ਆਪਾਂ ਨੇ ਇਹ ਪਾਵਰ ਬੈਂਕ ਵੀ ਆਪਾਂ ਖੋਲ੍ਹ ਕੇ ਅਨਬੋਕਸ ਕਰਦੇ ਹਾਂ ਬਹੁਤ ਸੋਹਣਾ ਹੈ ਤੁਹਾਨੂੰ ਅੰਦਰੋਂ ਦਿਖਾਉਣਾ ਇਹ ਫਾਸਟ ਚਾਰਜਿੰਗ ਵਾਲਾ ਇੰਡੀਆ 'ਚ ਤਾਂ ਸ਼ਾਇਦ ਆਉਂਦਾ ਵੀ ਨਾ ਹੁਣ ਇਹ ਵੀ ਖੋਲ੍ਹਿਆ ਪਾਵਰ ਬੈਂਕ ਆਈਫੋਨ ਵਾਂਗੂ ਨਾ ਇਹ ਤਾਰਨ ਦਾ ਬੜਾ ਸਵਾਦ ਆਉਂਦਾ ਦੇਖੋ ਐਂ ਕਿੰਨੇ ਵਧੀਆ ਅੱਖਰਾਂ 'ਚ ਲਿਖਿਆ ਹੁੰਦਾ ਆਹ ਦੇਖੋ ਇਹ ਬਾਹਲਾ ਘੈਂਟ ਯਾਰ ਫੈਂਸੀ ਜਿਹਾ ਬਈ ਬਾਹਲਾ ਸਿਰਾ ਪਾਵਰ ਬੈਂਕ ਇਹਦਾ ਬਾਹਲਾ ਹੈ ਵੀ ਇੱਥੇ ਤੁਹਾਨੂੰ ਬੜੇ ਘੈਂਟ ਘੈਂਟ ਪਾਵਰ ਬੈਂਕ ਮਿਲਣਗੇ ਦੇਖੋ ਛੋਟਾ ਜਿਹਾ ਬਿਲਕੁਲ 10,000 mAh ਦਾ ਇਹ 119 ਜਵਾਨ ਦਾ ਅਦੇ ਕਿੰਨਾ ਘੈਂਟ ਹੈ ਇਹ ਦੇਖੋ ਬਈ ਇਹ 15 ਵਾਟ ਦਾ ਇਹ 6,000 mAh ਦਾ ਉਰੇ ਬਈ ਕੇਬਲਾਂ ਵੀ ਬੜੀਆਂ ਘੈਂਟ ਨੇ ਇੱਕ ਆ ਵੀ ਮੈਂ ਕੇਬਲ ਵੀ ਲੈਣੀ ਆਹ ਕੇਬਲ ਜੀ ਦੇਖੋ ਵੀ ਕਿੰਨੀ ਯੂਨੀਕ ਹੈ ਵੀ ਐਲ ਟਾਈਪ ਹੈ ਜੇ ਵੀ ਆਪਾਂ ਗੇਮ ਜਿਹੜੇ ਜਵਾਕ ਗੇਮ ਗੂਮ ਖੇਡਦੇ ਆ ਨਾ ਐਂ ਹੈ ਨਾ ਐਂ ਪੈ ਜਾਂਦੀ ਹੈ ਫੋਨ 'ਚ ਚਾਰਜ ਲਾ ਕੇ ਖੇਡ ਸਕਦੇ ਇਹ ਵੀ ਲੈ ਲਈਆਂ ਵੀ 2 ਕੇਬਲਾਂ ਜੀਆਂ ਮੈਂ ਆਈਆਂ ਹੁਣ ਫਾਸਟ ਵਾਲੀਆਂ ਓਰੀਜਨਲ ਮੈਂ ਇਹਨਾਂ ਨਾਲ ਵੀ ਲਿਫਟ 'ਚ ਫਸ ਗਿਆ ਪਤਾ ਨਹੀਂ ਕਿੱਥੇ ਲੈ ਕੇ ਜਾ ਰਹੀਆਂ ਨੇ ਮੌਲ ਬਹੁਤ ਸੋਹਣਾ ਵੀ ਖਰੀਦਦਾਰੀ ਆਪਣੀ ਚੱਲੀ ਜਾਂਦੀ ਹੈ ਫੂਡ ਕੋਰਟ ਲੱਭ ਰਿਹਾ ਯਾਰ ਕੁਛ ਵੀ ਨਹੀਂ ਖਾਧਾ ਸਵੇਰ ਦਾ ਮੈਂ ਨਾਲੇ ਖਾ ਲੂੰਗਾ
ਅਤੇ ਨਾਲੇ ਫੋਨ ਵੀ ਚਾਰਜ ਕਰ ਲੂੰਗਾ ਕਿਉਂਕਿ ਮੇਰਾ ਪਾਵਰ ਬੈਂਕ ਨਹੀਂ ਸੀ ਜਮ੍ਹਾਂ ਡਾਊਨ ਹੀ ਹੋ ਗਿਆ ਸਾਰਾ ਕੰਮ। ਆਹ ਹਵਾਈ ਦਾ ਸਟੋਰ ਹੈ ਵੀ ਉਰੇ ਇਹਨਾਂ ਦੀ ਜ਼ਿਆਦਾ ਫੋਨ ਲੈਪਟੋਪ ਟੈਬਾਂ ਚੱਲਦੀਆਂ ਨੇ ਜਮ੍ਹਾਂ ਐਪਲ ਵਰਗੀਆਂ ਇਹਨਾਂ ਨੇ ਟੈਬਾਂ ਬਣਾਈਆਂ ਹੋਈਆਂ ਨੇ ਬਈ। 50,000 ਦੀ ਹੈ ਵੀ ਇਹ ਮੈਕਬੁੱਕ i5 ਹੈ ਅਤੇ 1 TB ਜਿਹੜੇ ਉੱਪਰ ਨੰਬਰ ਲਿਖੇ ਹੁੰਦੇ ਆ ਨਾ ਵੀ ਇਹ ਸਾਈਜ਼ ਹੁੰਦੇ ਆ, ਪਹਿਲਾਂ ਮੈਂ ਰੇਟ ਸਮਝ ਜਾਂਦਾ ਸੀ ਪਰ ਬੜੀਆਂ ਘੈਂਟ ਨੇ ਯਾਰ ਜੈਕਟ। ਹਾਂ ਇਟਸ ਫੋਰ ਮੈਨ ਵੂਮੈਨ ਹਾਂ ਲੇਡੀਜ਼ ਲੇਡੀਜ਼ ਹਾਂ ਭੁੱਖੇ ਨੰਗੇ ਪਹੁੰਚ ਗਏ ਆਪਾਂ ਫੂਡ ਕੋਰਟ 'ਚ। ਆ ਸਾਰਾ ਲੋਕਲ ਚਾਈਨੀਜ਼ ਫੂਡ ਹੈ ਬਈ, ਭੁੱਖ ਨਾਲ ਪਿਆਸ ਵੀ ਬਹੁਤ ਲੱਗੀ ਹੋਈ ਹੈ ਤਾਂ ਸਟੋਰ 'ਚ ਆ ਗਿਆ ਪਾਣੀ ਲੈ ਲਈਏ ਮੈਂ। ਹਾਂ ਆਹ ਪਾਣੀ ਬੇਰ ਆਹੀ ਚੱਕ ਲੈਂਦੇ ਹਾਂ, ਬੋਟਲ ਜੀ ਵਧੀਆ ਲੱਗੀ। ਗਰੋਸਰੀ ਸਟੋਰ ਵੀ ਨਾ ਆਟੋਮੇਟਡ ਹੈ, ਦੇਖੋ ਆਪੇ ਪੇ ਕਰੋ ਸਕੈਨ ਕਰਕੇ, ਡੀ ਕੈਸ ਲਾਉਣ ਵਾਂਗੂ ਹਿਸਾਬ ਕਿਤਾਬ ਹੈ। ਪਾਣੀ ਦੀ ਬੋਟਲ ਲੈ ਵੀ, ਖਾਣਾ ਪੀਣਾ ਮੈਨੂੰ ਇਹਨਾਂ ਦੇ ਹਿਸਾਬ 'ਚ ਨਹੀਂ ਆ ਰਿਹਾ। ਪਹਿਲਾਂ ਜੈਕਟ ਲੈਣੀ ਹੈ ਯਾਰ ਪੂਰਾ, ਮੈਨੂੰ ਅੱਖਾਂ 'ਚ ਨਾ ਜਿਹੜਾ ਖੁੱਭਦਾ ਉਹੀ ਕਲਰ ਚਾਹੀਦਾ, ਜਾਂ ਤਾਂ ਮੈਨੂੰ ਸੰਤਰੀ ਚਾਹੀਦਾ ਜਾਂ ਸਰਦਈ ਚਾਹੀਦਾ, ਜਿਹ 'ਚ ਘੈਂਟ ਫੋਟੋ ਆਉਣ, ਬਰਫ ਬੁਰਫ ਜਾਣਾ ਦੂਰੋਂ ਹੀ ਪਤਾ ਲੱਗ ਜਾ ਕਰੇ ਵੀ ਤੁਹਾਡੇ ਭਾਈ ਦੀ ਵੀਡੀਓ ਆ ਗਈ, ਕਿਉਂਕਿ ਕਲਰ ਬਹੁਤ ਮੈਟਰ ਕਰਦਾ ਯਾਰ। ਇਹ ਕਲਰ ਦੇਖੋ ਜਮ੍ਹਾਂ ਅੱਖਾਂ 'ਚ ਖੁੱਭਦਾ ਨਾ, ਦੂਰੋਂ ਹੀ ਦਿਖਦਾ ਵੀ ਹੈਗਾ ਕੋਈ ਰੰਗ। ਆਹ ਰੈਸਟੋਰੈਂਟ 'ਤੇ ਸੋਚਿਆ ਵੀ ਕੁਛ ਖਾਂਦੇ, ਇਹਨਾਂ ਦਾ ਮੈਨਿਊ ਹੈ, ਇਹਦਾ ਵੀ ਚਿਕਨ ਵਾਲੇ ਸੂਪ ਵਾਲੇ ਰਾਈਜ਼ ਨੇ ਹੈ ਨਾ, ਇਹ ਬੀਫ ਹੈ, ਇਹ ਨਿਊਡਲਸ ਨੇ, ਔਰ ਨਿਊਡਲ ਵੀ ਬਹੁਤ ਖਾਂਦੇ ਯਾਰ ਨੌਨ ਵੈਜ ਦੇ ਨਾਲ, ਹਰ ਚੀਜ਼ ਨਿਊਡਲ ਨਿਊਡਲ। ਤਾਂ ਮੈਂ ਲੱਭ ਰਿਹਾ ਵੀ ਜੇ ਫਰਾਈਡ ਰਾਈਜ਼ ਹੋਣ ਇਹਨਾਂ ਕੋਲ। ਵਾਪਸ ਜਾ ਰਹੇ ਯਾਰ ਹੋਸਟਲ ਨੂੰ, ਫਿਰ ਆ ਗਏ ਵੀ ਹੋਸਟਲ ਆਪਾਂ, ਉਰੇ ਅੱਜ ਰੌਣਕ ਦੇਖੋ, ਕੱਲ੍ਹ ਤਾਂ ਕੁਛ ਨਹੀਂ ਸੀ। ਮੈਂ ਆ ਗਿਆ ਵੀ ਆਪਣੇ ਕਮਰੇ 'ਚ ਅਤੇ ਠੰਡ ਬਹੁਤ ਹੈ ਯਾਰ, ਜੈਕਟ ਪਤਾ ਨਹੀਂ ਹੁਣ ਕੀ ਹੱਲ ਹੋਊਗਾ। ਹੋਟਲ 'ਚ ਆ ਕੇ ਯਾਰ ਥੋੜ੍ਹਾ ਫੋਨ ਚਾਰਜ ਕੀਤਾ, ਹੁਣ ਬਾਹਰ ਨਿਕਲਿਆ ਖਾਣ ਪੀਣ ਥੋੜ੍ਹਾ। ਉਰੇ ਰੇਹੜੀਆਂ 'ਤੇ ਐਂ ਮੀਟ ਵਿਕਦਾ, ਇਹ ਚਿਕਨ ਹੈ, ਮਤਲਬ ਇਹ ਇਲੈਕਟ੍ਰਿਕ ਬਾਰਬੀਕਿਊ ਜਿਹਾ ਕਰ ਰਹੇ ਆ। ਠੰਡ ਬਹੁਤ ਜ਼ਿਆਦਾ ਆ ਵੀ, ਜੈਕਟ ਦੇ ਕੇ ਨਾ ਗਲਤੀ ਕਰ ਲਈ, ਹੁਣ ਮੈਂ ਜੈਕਟ ਹੀ ਲੱਭਦਾ ਫਿਰਦਾ। ਇੱਧਰ ਰੈਸਟੋਰੈਂਟ ਨੇ, ਖਾਣ ਪੀਣ ਵਾਲੀਆਂ ਨੇ, ਦੁਕਾਨ 'ਚ ਐਂ ਵੀ ਉਰੇ ਜੈਕਟਾਂ ਦਾ ਕਾਫੀ ਨੇ, ਅਤੇ ਮੈਂ ਇੱਕ ਸਿਲੈਕਟ ਕੀਤੀ ਆ। ਇਹ ਪਾਈ ਆ ਮੈਂ, ਘੈਂਟ ਲੱਗ ਰਹੀ ਇਹਦੀ, ਨੌਰਥ ਫੇਸ ਦੀ, ਓਰੀਜਨਲ ਤਾਂ ਹੈ ਨਹੀਂ ਕਿਉਂਕਿ ਨੌਰਥ ਫੇਸ ਬਹੁਤ ਮਹਿੰਗੀ ਬ੍ਰਾਂਡ ਹੈ, ਮਤਲਬ ਜਿਹੜੇ ਪਹਾੜੀ ਚੜ੍ਹਦੇ ਆ, ਮਤਲਬ ਜਿਹੜੀ ਮਾਊਂਟ ਐਵਰੈਸਟ ਹੈ ਉਹਦੇ ਨੌਰਥ ਫੇਸ 'ਤੇ ਇਹ ਬ੍ਰਾਂਡ ਦਾ ਨਾਮ ਹੈ। ਕਾਫੀ ਫਲੀਜਾਂ ਫਲੂਜਾਂ ਵੀ ਪਈਆਂ ਨੇ ਵੀ, ਇਹ ਸਾਰਾ ਕੁਛ ਯਾਰ ਬੰਗਲਾਦੇਸ਼ ਤੋਂ ਹੀ ਬਣ ਕੇ ਆਉਂਦਾ। ਇਹ ਵੀ ਘੈਂਟ ਹੈ ਜੈਕਟ ਤਾਂ, ਜੈਕਟਾਂ ਦਾ ਬਈ ਸਾਈਜ਼ ਬਾਹਲਾ ਛੋਟਾ ਹੈ ਯਾਰ, ਮੈਨੂੰ ਵੱਡਾ ਸਾਈਜ਼ ਚਾਹੀਦਾ। ਦੁਕਾਨ ਹੀ ਨਹੀਂ ਲੱਭ ਰਹੀ ਯਾਰ ਕੋਈ ਜੈਕਟਾਂ ਜੁਕਟਾਂ ਵਾਲੀ। ਪੂਰੇ ਪਹਾੜਾਂ 'ਤੇ ਚੜ੍ਹਨ ਵਾਸਤੇ ਇਹਨਾਂ ਨੇ ਦੇਖੋ ਜੈਕਟਾਂ ਡਿਜ਼ਾਇਨ ਕੀਤੀਆਂ ਨੇ। ਆਹ ਬਈ ਪਹਾੜਾਂ 'ਤੇ ਚੜ੍ਹ ਕੇ ਵੀ ਇਹ ਚੀਨੀ ਲੋਕ ਐਂ ਲਾ ਰਹੇ, ਲੋਕ ਪਹਾੜ ਚੜ੍ਹਨ ਵਾਸਤੇ ਹੀ ਨੇ ਬਈ ਪੂਰਾ, ਦੇਖੋ ਸ਼ੂਜ਼ ਸ਼ਾਜ਼ ਪਾਏ ਹੋਏ ਆ ਕਿੰਨੀ। ਫਾਈਨਲੀ ਵੀ ਇੱਕ ਆਪਾਂ ਨੂੰ ਸਟੋਰ ਮਿਲ ਗਿਆ, ਅਤੇ ਇਹ 'ਚ ਆਫ ਊਫ ਲੱਗੀ ਹੋਈਆਂ ਦੀ, ਇਹਦੇ ਵਿੱਚ ਜੈਕਟਾਂ ਦੀ ਕਲੈਕਸ਼ਨ ਵੀ ਬਹੁਤ ਹੈ। ਦੇਖੋ ਆਹ ਸਾਰੀ 200 ਜਵਾਨ ਦੀ ਜੈਕਟ ਹੈ, 2400 ਰੁਪਏ ਦੀ ਹੈ, ਕਿੰਨਾ ਪਿਆਰਾ ਕਲਰ ਹੈ ਨਾਲੇ। ਆਹ ਜੈਕਟ ਵੀ ਘੈਂਟ ਹੈ ਵੀ, ਦੇਖੋ ਪਾਂਡਾ ਹੀ ਪਾਂਡਾ ਛਾਪਿਆ ਇਹਦੇ ਉੱਪਰ, ਬਲਿਊ ਜੀ ਵੀ ਘੈਂਟ ਹੈ। ਉੱਦਾਂ ਇਹਦਾ ਰੇਟ ਬਈ 800 ਜਵਾਨ ਹੈ, ਮਤਲਬ 8,500 ਦੀ ਹੈ, ਪਰ ਇਹ ਔਫਰ 'ਚ ਹੈ। ਅਤੇ ਯੈਲੋ ਕਲਰ ਵੀ ਹੈ ਇਹਦੇ 'ਚ, ਆਪਣੇ ਪਸੰਦ ਦੀਆਂ ਵੀ ਜੈਕਟਾਂ ਮਿਲ ਗਈਆਂ ਆਪਾਂ ਨੂੰ ਰੰਗ ਬਿਰੰਗੀਆਂ। ਇਹ ਰੰਗ ਵੀ ਮਿਲ ਗਿਆ ਦੇਖੋ, ਔਰੇਂਜ ਆ, ਬਲਿਊ ਵੀ ਕਿੰਨਾ ਘੈਂਟ ਹੈ, ਫਲੱਪੀ ਜੀ ਟਾਈਪ ਹੈ। ਆਹ ਦੇਖੋ ਯੈਲੋ ਰੰਗ ਵੀ ਹੈਗਾ ਬਈ। ਇਹ ਇੱਕ ਜੈਕਟ ਬਈ ਲਗਭਗ 2200 ਰੁਪਏ ਦੀ ਹੈ, ਅਤੇ ਇੱਕ ਜਿਹੜੀ ਆ ਅੱਪਰ ਵਾਲੀ ਹੈ ਇਹ ਹੈਗੀ 1800 ਦੀ। ਰੇਟ ਵੀ ਸਹੀ ਹੈ ਯਾਰ, ਕੋਈ ਜ਼ਿਆਦਾ ਨਹੀਂ, ਮਤਲਬ ਕਿੰਨਾ ਖਿੜਮਾ ਕਲਰ ਹੈ ਦੇਖੋ, ਇੱਕ ਤਾਂ ਮੈਂ ਟਰਾਈ ਕੀਤੀ ਹੈ। ਜੈਕਟ ਆਪਾਂ ਲੈ ਆਏ, ਦੋ ਲੈ, ਪੀਲੀ ਵੀ ਲੈ ਆਏ ਘੜੀ ਘੜੀ ਨਾਲ। ਆਪਾਂ ਖਾਂਦੇ ਹਾਂ ਇੱਕ ਕੌਫੀ ਪੀਣੀ ਹੈ, ਮੈਂ KFC ਜਾਂਦਾ ਅਤੇ ਨਾਲੇ ਜੈਕਟ ਵੀ ਪਾਉਂਦਾ ਯਾਰ, ਇਹਦਾ ਕੀ ਚਾਰ ਪਾਣੇ ਜੇ ਠੰਡ ਲੱਗ ਗਈ। ਬਈ ਆਹ ਗੁੱਡੀ ਹੈ, ਬਸ ਇਹ ਨੇਮ ਚੀ ਛੇ ਜਾਂ ਹਾਓ ਆਈ ਕੈਨ ਹੈਲਪ ਯੂ? ਹਾਂ
Yes, a lot of full. I have to sell them to get a great grades for my study because I want to get work in Chengdu. Yes, my hometown is Liaoning province, you know, Dalian. It's famous for seafood. ਆ ਵੀ ਆਪਾਂ ਨੂੰ ਜੂਸੀ ਮਿਲੀ ਹੈ ਤੇ ਇਹ ਪੜ੍ਹਦੀ ਹੈ ਕਹਿੰਦੀ ਮੈਂ ਵੀ ਇਹ ਕੰਮ ਵੀ ਕਰ ਰਹੀ ਹੈ ਨਾਲ ਨਾਲ ਦੇਖੋ ਪੈਨਾਂ ਦਾ ਸ਼ਾਸ਼ਾ ਬਾਏ ਬਾਏ ਉਹ ਕੁੜੀ ਕਹਿੰਦੀ ਵੀ ਮੈਂ ਅੱਗੇ ਪੜ੍ਹਨਾ ਹੈ ਤਾਂ ਉਹ ਪੈੱਨ ਵੇਚ ਰਹੀ ਸੀ ਕਹਿੰਦੀ ਡੱਬਾ ਲੈ ਲਿਆ ਪੈਨਾਂ ਦਾ 55 ਰੁਪਈਆਂ ਦਾ ਅਤੇ ਦੋ ਪੈੱਨ ਦੱਸ ਦੇ ਮੈਂ ਚਲੋ ਇੱਕ ਪੈੱਨ ਲੈ ਲਿਆ ਅਤੇ ਦੋ ਦੇ ਰਹੀ ਸੀ ਮੈਨੂੰ ਉਹ ਦੱਸ ਦੇ ਮੈਂ 10 ਰੁਪਈਏ ਦੇ ਦਿੱਤੇ ਉਹਨੂੰ KFC ਦਾ ਬੰਦ ਹੋ ਰਿਹਾ ਮੈਕਡੋਨਲ ਹੀ ਸਾਹਮੂ ਆਪਣਾ ਮੀਲ ਆ ਗਿਆ ਵੀ ਕੌਫੀ ਅਤੇ ਬਰਗਰ 600 ਰੁਪਈਏ ਦਾ ਇੰਨਾ ਕੁਛ ਬਹੁਤ ਮਹਿੰਗਾ ਹੈ ਸਿਸਟਮ ਚਾਈਨਾ 'ਚ ਆਪਣੇ ਇੰਨਾ ਕੁਛ ਮੇਰੇ ਹਿਸਾਬ ਨਾਲ 350 ਰੁਪਈਏ ਦਾ ਆ ਜਾਂਦਾ ਮੈਕਡੋਨਲ ਸਭ ਤੋਂ ਸਸਤਾ ਹੀ ਹੈ ਸਵਾਦ ਲੈਂਦੇ ਆ ਰਿਹਾ ਹੁਣ ਠੰਡ ਲੱਗਣੋਂ ਹਟ ਗਈ ਕਿਉਂਕਿ ਜੈਕਟ ਪਾ ਲਈ ਅਤੇ ਸ਼ੋਮੀ ਦੇ ਸਟੋਰ 'ਚ ਜਾ ਕੇ ਨਾ ਮੈਂ ਕਈ ਗੱਲਾਂ ਫੀਲ ਕੀਤੀਆਂ ਦੇਖੋ ਜਿਹੜਾ ਕਾਰਪੋਰੇਟ ਹੁੰਦਾ ਚਾਹੇ ਕਈ ਕਹਿ ਦਿੰਦੇ ਵੀ ਮਾੜਾ ਹੈ ਪਰ ਇੱਕ ਦੇਸ਼ ਦੀ ਜਿਹੜੀ ਇਕਨੋਮੀ ਨੂੰ ਗਰੋ ਕਰਨ ਵਾਸਤੇ ਵੀ ਜੋ ਦੇਸ਼ ਦੀਆਂ ਕੰਪਨੀਆਂ ਗਰੋ ਕਰਨਗੀਆਂ ਤਾਂ ਹੀ ਹੋਊਗਾ ਕੁਛ ਹੁਣ ਇੰਡੀਆ ਦੀ ਮੋਬਾਈਲ ਸੈਕਟਰ 'ਚ ਕਿਹੜੀ ਕੰਪਨੀ ਹੈ ਹੁਣ ਚਾਈਨਾ ਦੀ ਦੇਖੋ ਐਪਲ ਸੈਮਸੰਗ ਤੋਂ ਬਾਅਦ ਸਭ ਤੋਂ ਜ਼ਿਆਦਾ ਕਿਹੜੀਆਂ ਕੰਪਨੀਆਂ ਦਾ ਸ਼ੇਅਰ ਹੈ ਓਪੋ ਵੀਵੋ ਸ਼ੋਮੀ ਕਿੰਨੀਆਂ ਨੇ ਚੀਨੀ ਕੰਪਨੀਆਂ ਵੀ ਕਾਰਾਂ ਆਪਣੇ ਕਿੰਨੀਆਂ ਨੇ 2-4 ਕੰਪਨੀਆਂ ਨੇ ਮਹਿੰਦਰਾ ਟਾਟਾ ਹੈ ਨਾ ਅਤੇ ਮਰੂਤੀ ਸੰਜੂਕੀ ਲਾ ਲਓ ਅਤੇ ਉਰੇ ਦੇਖੋ ਉਰੇ ਕਾਰਾਂ ਦੀਆਂ 100 ਕੰਪਨੀਆਂ ਆਉਣੀਆਂ ਘੱਟੋ ਘੱਟ ਸਾਰੀਆਂ ਚਾਈਨਾ ਮੇਡ ਹੈ ਨਾ ਆਪਦੀਆਂ ਤਾਂ ਵੀ ਕਿਉਂ ਨਹੀਂ ਅਗਲੇ ਗਰੋ ਕਰਨਗੇ ਅਗਲਿਆਂ 'ਚ ਦਮ ਹੈ ਆਪਣੇ ਸਭ ਤੋਂ ਵੱਡਾ ਰੇ ਮੈਟਰੋ ਸਟੇਸ਼ਨ ਦਿੱਲੀ ਹੈ ਨਾ ਉਰੇ ਤੁਸੀਂ ਦੇਖੀ ਹੈ ਦਿੱਲੀ ਵਾਲਾ ਤਾਂ ਕੁਛ ਵੀ ਨਹੀਂ ਇਹਨਾਂ ਦੇ ਛੋਟੇ ਛੋਟੇ ਸ਼ਹਿਰਾਂ 'ਚ ਉਹਦੇ ਨਾਲੋਂ ਵੱਡੇ ਨੇ ਤਾਂ ਆਪਣੇ ਵਾਲੇ ਸਿਰਫ ਮੈਂ ਗੱਲਾਂ ਕਰਦੇ ਆ ਕਹਿੰਦੇ ਹੁੰਦੇ ਆ ਨਾ ਵੀ ਜੋ ਬੋਲਦੇ ਗਰਜਦੇ ਹੁੰਦੇ ਆ ਉਹ ਕੁਛ ਨਹੀਂ ਕਰਦੇ ਤਾਂ ਜਿਹੜੇ ਕਰਦੇ ਹੁੰਦੇ ਉਹ ਗਰਜਦੇ ਨਹੀਂ ਹੁੰਦੇ ਤਾਂ ਵੀ ਇਹ ਚਾਈਨਾ ਉਵੇਂ ਹੈ ਬਸ ਦੇਖੋ ਕਿੰਨਾ ਸੇਫ ਹੈ ਵੀ ਕੁੜੀਆਂ ਰਾਤ ਨੂੰ ਹੁਣ ਤੁਰਦੀਆਂ ਫਿਰਦੀਆਂ ਨੇ ਕੋਈ ਚੱਕਰ ਨਹੀਂ ਅਤੇ ਲਾਈਟਿੰਗ ਅਤੇ ਮੈਂ ਜਾਣ ਕੇ ਵੀ ਕਮਰੇ 'ਚ ਕੁੰਜੀ ਛੱਡ ਗਿਆ ਸੀ ਕਿਉਂਕਿ ਨਹੀਂ ਫਿਰ ਯਾਰ ਲਾਈਟਾਂ ਬੰਦ ਹੋ ਜਾਂਦੀ ਹੈ ਜੇ ਕਾਰਡ ਜਾਵੇਂ ਲੈ ਕੇ ਜਾਂਦਾ ਨਾਲ ਉਹ ਨਿਕਲਦੇ ਉਹਦੀ ਬੰਦ ਹੋ ਜਾਂਦੀਆਂ ਨੇ ਅਤੇ ਮੈਂ ਕਹਿ ਦਿੰਦਾ ਵੀ ਮੇਰਾ ਭੁੱਲ ਗਿਆ ਸੀ ਕਮਰੇ 'ਚ ਹੈ ਨਾ ਪਾਵਰ ਓਵਰ ਰਿੰਕ ਚਾਰਜ ਹੋ ਗਏ ਤਾਂ ਇਹ ਸਕੀਮ ਲਾ ਲਈ ਦੀ ਹੈ ਅਤੇ ਨਾਲੇ ਕੋਈ ਟੈਨਸ਼ਨ ਨਹੀਂ ਰਹਿੰਦੀ ਤਾਂ ਇਹ ਵਲੋਗ ਇੱਥੇ ਤੱਕ ਸੀ ਉਮੀਦ ਤੁਹਾਨੂੰ ਵਧੀਆ ਲੱਗਣਾ ਚਾਹੀਦਾ ਲਾਈਕ ਸ਼ੇਅਰ ਕਮੈਂਟ ਕਰਦੀ ਹਾਂ ਸਵਾਦ ਆ ਰਿਹਾ ਹੁਣ ਚਾਈਨਾ ਬਹੁਤ ਘੈਂਟ ਹੈ ਕੱਲ੍ਹ ਨੂੰ ਘੁਮਾਉਣੀ ਆ ਅਸਲ ਚੀਜ਼ ਤਾਂ